ਦੇ ਵਿੱਚ ਆ ਭਾਵੇਂ ਪਿਛਲੇ ਸਾਲਾਂ ਤੋਂ ਲੰਬੇ ਸਾਲਾਂ ਤੋਂ ਇਸ ਨਗਰ ਵਿੱਚ ਟੂਰਨਾਮੈਂਟ ਹੁੰਦੇ ਪਰ ਪਹਿਲੀ ਵਾਰ ਇਹ ਫਕਰਾਂ ਦੀ ਯਾਦ ਵਿੱਚ ਟੂਰਨਾਮੈਂਟ ਹੋ ਰਿਹਾ ਹੈ ਲਓ ਦੇਖੋ ਦੋ ਟੀਮਾਂ ਦੇ ਦਰਮਿਆਨ ਮੈਚ ਖੇਡਿਆ ਜਾ ਰਿਹਾ ਹੈ ਆਪਾਂ ਤੱਕ ਰਹੇ ਵੀ ਸਿਰੇ ਦੀਆਂ ਕਬੱਡੀਆਂ ਪੈ ਰਹੀਆਂ ਔਰ ਸਿਰੇ ਦੇ ਮੈਚ ਖੇਡੇ ਜਾ ਰਹੇ ਨੇ ਲਓ ਉਧਰ ਰਾਮ ਥਰੀਕਿਆਂ ਵਾਲੇ ਨੇ ਆ ਗੱਭਰੂ ਦੇ ਉੱਤੇ ਕਹਿੰਦੇ ਹੱਥ ਫੇਰਿਆ ਹੈ ਪਰ ਆਓ ਦੇਖੋ ਸਾਹਮਣੇ ਇੱਕ ਪਾਸੇ ਮੁੰਡਾ ਕੋਟ ਕਰੋੜ ਵਾਲਾ ਹੈ ਪਰ ਦੂਸਰੇ ਪਾਸੇ ਸਰਦਾਰ ਸਾਧੂ ਸਿੰਘ ਦਾ ਪੁੱਤਰ ਨੰਬਰ ਲੈ ਕੇ ਆਪਣੀ ਟੀਮ ਦੇ ਸੇ ਵਾਪਸ ਮੁੜਦਾ ਹੋਇਆ ਧਰਮਿੰਦਰ ਦਾ ਪਿੰਡ ਚਾਲ ਮੱਲਾਂ ਵਾਲੇ ਦੇ ਲਾਗੇ ਲਓ ਸਾਹਮਣੇ ਕਬੱਡੀ ਦੇ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਨੌਜਵਾਨ ਹੁਣ ਚਾਰ ਜਾਫੀ ਹੈ ਚਾਰ ਜਾਫੀਆਂ ਦੇ ਵਿੱਚੋਂ ਦੇਖਾਂ ਗੁਰ ਵੱਧ ਕੇ ਕਿਹੜੇ ਨੌਜਵਾਨ ਗੱਭਰੂ ਨੇ ਟਰਾਈ ਕਰਨੀ ਹੈ ਆਓ ਦੇਖੋ ਸਾਹਮਣੇ ਚੌਂਦੇ ਵਾਲੇ ਚਾਰ ਜਾਫੀਆਂ ਦੇ ਵਿੱਚ ਤਕੜਾ ਸੰਘਰਸ਼ ਹੈ ਉਧਰ ਖੂਸਿਆਂ ਵਾਲਾ ਜੀਤਾ ਹੈ ਇੱਕ ਪਾਸੇ ਸਾਹਮਣੇ ਦੇਖੋ ਬਾਬਾ ਜੀ ਸਕੋਰ ਲਿਖ ਰਹੇ ਹੈ ਦਰਸ਼ਕਾਂ ਦਾ ਇਕੱਠ ਵੱਧਦਾ ਜਾ ਰਿਹਾ ਹੈ ਆਓ ਦੇਖੋ ਸਾਹਮਣੇ ਖੇਡ ਦੇ ਮੈਦਾਨ ਵਿੱਚ ਧਰਮਿੰਦਰ ਮੱਲਾਂ ਵਾਲੀਆ ਮੁੰਡਾ ਫਿਰੋਜ਼ਪੁਰੀਆ ਦੂਸਰੇ ਪਾਸੇ ਦੇਖੋ ਬੱਲੇ 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 ਆਓ ਦੇਖੋ ਸਾਹਮਣੇ ਮੁੰਡਾ ਆਪਣੇ ਟੀਮ ਦੇ ਲਈ ਨੰਬਰ ਜੋੜਦਾ ਆ ਮੈਂ ਵੀ ਅਮਰੀਕ ਆਹ ਮੁੰਡੇ ਦੀ ਉਹ ਛੇੜ ਖਾਣੀ ਕਬੱਡੀ ਦੇ ਮੈਦਾਨ ਦੇ ਵਿੱਚ ਹੈਲੋ ਵਾਹਿਗੁਰੂ ਜੀ ਕਬੱਡੀ ਦੇ ਮੈਚ ਜਿਹਦੇ ਵੀ ਸਾਰੇ ਸਿਰੇ ਦੇ ਮੈਚ ਆ ਤੇ ਸਿਰੇ ਦੇ ਪ੍ਰਬੰਧ ਕੀਤੇ ਆ ਪ੍ਰਬੰਧ ਕਰਨ ਵਾਲਿਆਂ ਦੇ ਤਨ ਤਨ ਬਾਬਾ ਹਾਮੂ ਸ਼ਾਹ ਜੀ ਬਹੁਤ ਵੱਡੀ ਮਿਹਰ ਉਹਨਾਂ ਦੀ ਅੱਜ ਰੌਣਕਾਂ ਦੇ ਬਾਹਰ ਆ ਨੇ ਧਰਤੀ ਦੇ ਕਬੱਡੀ ਦੇ ਕਹਿੰਦੇ ਜਿਹੜੇ ਵੱਡੇ ਮੱਲ ਪੁੱਜੇ ਹੋਏ ਆ ਉਮਰੀਆਣੇ ਦੀ ਧਰਤੀ ਤੇ ਰੌਣਕਾਂ ਲੱਗੀਆਂ ਲਓ ਸਾਹਮਣੇ ਕਹਿੰਦੇ ਮੁੰਡੇ ਨੇ ਇਸ ਵੇਲੇ ਟਰਾਈ ਕੀਤੀ ਹੋਈ ਹੈ ਐਨ ਕਹਿੰਦੇ ਪਗਲੇ ਚੜਨ ਵਾਲੀ ਗੱਲ ਹੈ ਸਵਾ ਪੀਤਰ ਵਾਲਾ ਤੇ ਲਓ ਸਾਹਮਣੇ ਜੱਫੀਆਂ ਪੈ ਗਈਆਂ ਜਿਵੇਂ ਏਅਰਪੋਰਟ ਤੇ ਕੁੜਮਣੀਆਂ ਮਿਲਦੀਆਂ ਤੇ ਮੁੰਡੇ ਨੇ ਕਹਿੰਦੇ ਘੁੱਟ ਕੇ ਸੀਨੇ ਨਾਲ ਆਇਆ ਇੱਕ ਬਹੁਤ ਸੋਹਣਾ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਦਿੱਤਾ ਮੇਨ ਸੜਕ ਦੇ ਉੱਪਰ ਕੋਈ ਵੀ ਵੀਰ ਹੈ ਨਾ ਜਿਹੜੇ ਆਪਣੇ ਵਹੀਕਲ ਨਾ ਖੜੇ ਕਰਨੇ ਮੇਰੀ ਬੇਨਤੀ ਹੈ ਗੱਡੀਆਂ ਕਿਰਪਾ ਕਰਕੇ ਪਾਸੇ ਕਰ ਦਿੱਤੀਆਂ ਜਾਣ ਕਿਉਂਕਿ ਹਾਲੇ ਤੇ ਜਿਹੜੀ ਸੰਗਤ ਹੈ ਪੁੱਜਣੀ ਸ਼ੁਰੂ ਹੋਈ ਹੈ ਤੇ ਕਹਿੰਦੇ ਜਿਵੇਂ ਜਿਵੇਂ ਸ਼ਾਮਾਂ ਪੈਣਗੀਆਂ ਸਵਾਦ ਜਿਹੜਾ ਵੱਧਦਾ ਜਾਣਾ ਕਿਉਂਕਿ ਹਾਲੇ ਤੇ ਸ਼ੁਰੂਆਤ ਹੈ ਮੇਰੇ ਮਿੱਤਰੋ ਹਾਲੇ ਘਰਾਂ ਦੇ ਵਿੱਚੋਂ ਲੋਕੀ ਪੁੱਜਣਾ ਜਿਹੜਾ ਸ਼ੁਰੂ ਹੋਏ ਆ ਮੇਰੀ ਬੇਨਤੀ ਗੱਡੀਆਂ ਜਿਹੜੀਆਂ ਨਾ ਸੜਕ ਤੋਂ ਪਾਸੇ ਕਰੀ ਦਿੱਤੀਆਂ ਜਾਣ ਕਿਰਪਾ ਕਰਕੇ ਇਹ ਬੇਨਤੀ ਹੈ ਸਾਰਿਆਂ ਦੇ ਚਰਨਾਂ ਦੇ ਵਿੱਚ ਚੱਲ ਵੀ ਨੌਜਵਾਨ ਪਾ ਵੀ ਕਬੱਡੀ ਕੱਲ ਖੁਰਦ ਤੇ ਉਮਰੀਆਣਾ ਅਗਲਾ ਮੈਚ ਖੇਡਿਆ ਜਾਣਾ ਹੈ ਕੱਲ ਖੁਰਦ ਤੇ ਉਮਰੀਆਣਾ ਬਹੁਤ ਤਕੜਾ ਮੁਕਾਬਲਾ ਹੋਵੇਗਾ ਦੋਵਾਂ ਟੀਮਾਂ ਨੂੰ ਮੇਰੀ ਬੇਨਤੀ ਵੀ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਦੋਵੇਂ ਟੀਮਾਂ ਨੂੰ ਸਾਡੀ ਬੇਨਤੀ ਹੈ ਵੀ ਟੀਮਾਂ ਜਲਦੀ ਜਲਦੀ ਅਗਲਾ ਮੈਚ ਕੱਲ ਖੁਰਦ ਤੇ ਦੂਜੇ ਪਾਸੇ ਉਮਰੀਆਣੇ ਦੀ ਟੀਮ ਇੱਧਰ ਕਹਿੰਦੇ ਹਰਦਾਸੇ ਵਾਲੇ ਹਰਦਿਆਲ ਦੇ ਲਈ ਬਹੁਤ ਵੱਡਾ ਪਿਆਰ ਕਮਲ ਰਟੌਲਾ ਵਾਲਾ ਸਾਡਾ ਯਾਰ ਉਹਦੇ ਵੱਲੋਂ ਪੁੱਜਿਆ ਹਰਦਿਆਲ ਆਪਣੇ ਪੈਸੇ ਲੈ ਜਾਵੇ ਕਿਰਪਾ ਕਰਕੇ ਕਮਲ ਰਟੌਲ ਜੀ ਉਹਨਾਂ ਵੱਲੋਂ ਵੱਡੇ ਮਾਣ ਪੁੱਜੇ ਆ ਹਰਦਿਆਲ ਦੇ ਲਈ ਕਮਲ ਯੂਐਸਏ ਵੱਲੋਂ ਹਰਦਿਆਲ ਆਪਣੇ ਪੈਸੇ ਲੈ ਜਾਵੇ ਇੱਧਰ ਕੋਟ ਕਰੋੜ ਦੇ ਪੁਆਇੰਟ ਹੈ ਜੀ ਨੌ ਤੇ ਚੌਂਦੇ ਦੇ ਪੁਆਇੰਟ ਹੈ ਸਾਢੇ ਦਸ ਨੌ ਤੇ ਸਾਢੇ ਦਸ ਦੇ ਮੁਕਾਬਲੇ ਚੌਂਦੇ ਦੀ ਟੀਮ ਜੇਤੂ ਰਹੀ ਹੈ ਚੌਂਦਾ ਪਿੰਡ ਕਹਿੰਦੇ ਵੀ ਮਸ਼ਹੂਰ ਕੀਤਾ ਪਹਿਲਾਂ ਗੁਰੀ ਦੀ ਗੱਲ ਚੱਲੀ ਹੈ ਗੀਤਕਾਰੀ ਦੇ ਖੇਤਰ ਦੇ ਵਿੱਚ ਬਹੁਤ ਸੋਹਣੇ ਗੀਤ ਲਿਖਿਆ ਗੁਰੀ ਚੌਂਦੇ ਵਾਲੇ ਨੇ ਉਹਦੇ ਪਿੰਡ ਦੀ ਟੀਮ ਹੈ ਹਰਦਿਆਲ ਕਹਿੰਦੇ ਪੱਕੇ ਤੌਰ ਤੇ ਖੇਡਦਾ ਹੈ ਕਬੱਡੀ ਦੀਆਂ ਟੀਮਾਂ ਪੂਰੀਆਂ ਸਿਰੇ ਦੀਆਂ ਪੁੱਜੀਆਂ ਹੋਈਆਂ ਉਮਰੀਆਣਾ ਤੇ ਕੱਲ ਖੁਰਦ ਬੜਾ ਸਿਰੇ ਦਾ ਮੈਚ ਖੇਡਿਆ ਜਾਣਾ ਜ਼ਿਲ੍ਹਾ ਫਿਰੋਜ਼ਪੁਰ ਤੇ ਇੱਕ ਪਾਸੇ ਮਾਣ ਮੱਤਾ ਪਿੰਡ ਹੈ ਉਮਰੀਆਣਾ ਜਿੱਥੇ ਰੌਣਕਾਂ ਲੱਗੀਆਂ ਤੇ ਕਬੱਡੀ ਦੇ ਵੱਡੇ ਮੱਲ ਪੁੱਜੇ ਹੈ ਪ੍ਰਬੰਧਕਾਂ ਨੇ ਪਤਾ ਨਹੀਂ ਕਿੰਨੀ ਕੁ ਮਿਹਨਤ ਕੀਤੀ ਹੈ ਰਸਤੇ ਦੇ ਵਿੱਚ ਮੈਨੂੰ ਡਾਕਟਰ ਕੌਲੋ ਕਿਆਲਾ ਮਿਲਿਆ ਫਿਰ ਦਰਸ਼ਨ ਫੌਜੀ ਵਰਗਿਆਂ ਦੇ ਹੋਏ ਤੇ ਇਸੇ ਤਰ੍ਹਾਂ ਲੱਗਿਆ ਵੀ ਅੱਜ ਕਬੱਡੀ ਦਾ ਦਰਿਆ ਦਾ ਜਿਹੜਾ ਉਹ ਉਮਰੀਆਣੇ ਦੇ ਵਿੱਚ ਵਗਣਾ ਹੈ ਤੇ ਇਸ ਏਰੀਏ ਦਾ ਮੈਨੂੰ ਲੱਗਦਾ ਵੀ ਮੇਲਾ ਸਿਰੇ ਦਾ ਹੋ ਜਾਣਾ ਹੈ ਕਿਉਂਕਿ ਉੱਧਰ ਕਬੱਡੀ 365 ਤੇ ਵੀ ਦੁਨੀਆ ਜੁੜੀ ਹੋਈ ਹੈ ਜਿਹੜੇ ਵੀਰ ਵਿਦੇਸ਼ਾਂ ਦੇ ਵਿੱਚ ਬੈਠੇ ਹੈ ਟੀਮਾਂ 'ਚ ਮਾਝੇ 'ਚੋਂ ਵੀ ਸੱਦੀਆਂ ਤੇ ਟੀਮਾਂ ਦੁਆਬੇ 'ਚੋਂ ਵੀ ਆਈਆਂ ਤੇ ਮਾਲਵੇ ਵਾਲੇ ਕਹਿੰਦੇ ਆ ਵੀ ਸੌਖੇ ਨਹੀਂ ਜਿੱਤਣ ਦੇਣਾ ਕਿਸੇ ਨੂੰ ਅੱਜ ਵਾਕਈ ਹਿੱਕਾਂ ਦਾ ਜ਼ੋਰ ਜਿਹੜਾ ਲੱਗੂਗਾ ਉਮਰੀਆਣਾ ਤੇ ਕੱਲ ਖੁਰਦ ਦੀਆਂ ਟੀਮਾਂ ਦਾ ਮੈਚ ਸ਼ੁਰੂ ਕਰ ਦਿੱਤਾ ਜਾਵੇ ਕਿਰਪਾ ਕਰਕੇ ਲਓ ਹੁਣ ਮੈਚ ਸ਼ੁਰੂ ਹੋਣ ਜਾ ਰਿਹਾ ਦੋ ਟੀਮਾਂ ਦੇ ਦਰਮਿਆਨ ਬਹੁਤ ਹੀ ਤਕੜਾ ਮੈਚ ਉਮਰੀਆਣੇ ਦੀ ਟੀਮ ਜਿਹੜੀ ਆਪਾਂ ਸਟੇਜ ਵਾਲੇ ਪਾਸੇ ਤੱਕ ਰਹੇ ਹਾਂ ਦੋ ਟੀਮਾਂ ਔਰ ਦੂਸਰੇ ਪਾਸੇ ਟੀਮ ਜਿਹੜੀ ਆਪਾਂ ਦੇਖ ਰਹੇ ਹਾਂ ਕਬੱਡੀ ਦੇ ਮੈਦਾਨ ਦੇ ਵਿੱਚ ਹੁਣ ਖੇਡ ਦੇ ਮੈਦਾਨ ਦੇ ਵਿੱਚ ਮੈਚ ਸਿਰੇ ਦੇ ਖੇਡੇ ਜਾ ਰਹੇ ਹੈ
ਕੱਲ ਖੁਰ ਤੇ ਉਮਰੀਆਣਾ ਲਓ ਕੇਂਦਰ ਸਾਹਮਣੇ ਉਧਰ ਸਰਦਾਰ ਗੁਰਮੇਲ ਸਿੰਘ ਜੀ ਸਰਪੰਚ ਸਾਹਿਬ ਕਹਿੰਦੇ ਨੇ ਉਮਰੀਆਣੇ ਦੇ ਗੱਭਰੂ ਜਿੰਨੇ ਜੱਫੇ ਲਾਉਂਦੇ ਆ ਉਹਨੇ 100-100 ਦੇ ਨੋਟ ਹੋਣਗੇ ਇਹਨਾਂ ਗੱਭਰੂਆਂ ਦੇ ਲਈ। ਕਬੱਡੀ ਦੇ ਮੈਦਾਨ ਵਿੱਚ ਪਹਿਲੀ ਕਬੱਡੀ ਉਹਨੇ ਕੱਲ ਖੁਰਦ ਵਾਲਾ ਨੌਜਵਾਨ ਹੈ। ਇੱਕ ਪਾਸੇ ਪੂਲੇ ਵਾਲਾ ਮੁੰਡਾ ਸਾਹਮਣੇ ਮਾਝੇ ਤੋਂ ਪੁੱਜਿਆ ਗੁਰਜੀਤ ਪੱਟੀ ਵਾਲਾ ਨਾਲ ਸੋਨੀ ਤੇ ਗੁੱਲਾ ਚਾਰ ਜਾਫੀ ਆ ਸਾਹਮਣੇ ਦੇਖੋ ਕਬੱਡੀ ਦੇ ਮੈਦਾਨ ਵਿੱਚ ਹੈ। ਪਰ ਨੌਜਵਾਨ ਗੱਭਰੂ ਦੀ ਪਾਈ ਹੋਈ ਕਬੱਡੀ ਹੈ। ਅਗਲੇ ਮੁਕਾਬਲਿਆਂ ਦੇ ਲਈ ਟੀਮਾਂ ਬਿਲਕੁਲ ਤਿਆਰ ਆ, ਪਰ ਫੱਕਰ ਝੰਡੇ ਵਾਲਿਓ ਬਾਈ ਥੋੜਾ ਜਿਹਾ ਬਾਹਰਲੇ ਪਾਸੇ ਰਹਿਣਾ ਹੈ। ਲਕਬਰੀ ਤਾੜੀਆਂ ਜ਼ਰੂਰ ਮਾਰ ਦਿਓ ਲਗਬਰੂਆ ਦੇ ਲਈ। ਮੈਚ ਸਿਰੇ ਦਾ ਖੇਡਿਆ ਜਾ ਰਿਹਾ ਹੈ, ਦੋ ਟੀਮਾਂ ਆਹਮੋ ਸਾਹਮਣੇ ਹੈ। ਲਓ ਦੇਖੋ ਸਾਹਮਣੇ ਕਬੱਡੀ ਦੇ ਮੈਦਾਨ ਦੇ ਵਿੱਚ ਜਿਵੇਂ ਜਿਵੇਂ ਟੀਮਾਂ ਪਹੁੰਚ ਰਹੀਆਂ ਨੇ ਸਾਰਿਆਂ ਦਾ ਆਪਾਂ ਦਿਲੋਂ ਧੰਨਵਾਦ ਕਰਾਂਗੇ। ਮੇਰੇ ਨਾਲ ਮੇਰਾ ਯਾਰ ਅਮਰੀਕ ਖੋਜ ਸਾਹਿਬ ਨੂੰ ਸਾਥ ਦੇ ਰਹੇ ਨੇ। ਅਮਰੀਕ ਜੀ ਆਹ ਮੁੰਡੇ ਦੀ ਆਪਾਂ ਗੱਲ ਕਰੀਏ ਜ਼ਰੂਰ ਕਬੱਡੀ ਦੇ ਮੈਦਾਨ ਦੇ ਵਿੱਚ। ਲਓ ਸਾਹਮਣੇ ਮੱਖੀ ਕਲਾ ਪਿੰਡ ਹੈ ਆਹ ਨੌਜਵਾਨ ਦਾ। ਕਲਸੀ ਕਹਿੰਦੇ ਪੁੱਤਾਂ ਤੋਂ ਵੱਧ ਪਿਆਰ ਕਰਦਾ ਹੈ ਤੇ ਕਲਸੀ ਦੀ ਯਾਰੀ ਕਹਿੰਦੇ ਬੂਟੇ ਦੇ ਨਾਲ ਹੈ। ਜੀ ਯਾਰ ਕਹਿੰਦੇ ਯਾਰੀਆਂ ਪਗਾਉਣ ਦੇ ਲਈ ਪੁੱਜੇ ਹੈ। ਗੁਰਮੇਲ ਸਰਪੰਚ ਨੇ ਐਲਾਨ ਕੀਤਾ ਵੀ ਉਮਰੀਆਂ ਨੇ ਪਿੰਡ ਦੇ ਮੁੰਡੇ ਜਿੰਨੇ ਵੀ ਜੱਫੇ ਲਾਉਣਗੇ ਨਾ ਕੱਲੇ ਕੱਲੇ ਜੱਫੇ 'ਚ ਆਪਾਂ ਮਾਨ ਸਨਮਾਨ ਦੇਵਾਂਗੇ। ਇੱਕ ਪਾਸੇ ਕਹਿੰਦੇ ਉਮਰੀਆਣਾ ਪਿੰਡ ਹੈ ਤੇ ਦੂਜੇ ਪਾਸੇ ਕੱਲ ਖੁਰਦ ਪਿੰਡ ਕਹਿੰਦੇ ਸ਼ੈਰੀ ਮਾਨ ਦਾ ਪਿੰਡ ਹੈ। ਜਿਹੜਾ ਕਹਿੰਦਾ ਉਹਦਾ ਵੀ ਬੜੇ ਚੇਤੇ ਆਉਂਦੇ ਨੇ ਯਾਰ ਮੁੱਲੇ ਹਵਾ ਦੇ ਬੁੱਲੇ। ਆਹ ਮੁੰਡੇ ਦਾ ਕਹਿੰਦੇ ਪੂਲਾ ਪਿੰਡ ਭੀਖੀ ਪਿੰਡ ਦੇ ਲਾਗੇ ਹੈ, ਜਿਹੜੀ ਧਰਤੀ ਦੇ ਕਹਿੰਦੇ ਵੀ ਸ਼ਹੀਦ ਭਾਈ ਤਾਰੂ ਸਿੰਘ ਨੂੰ ਜਨਮ ਦਿੱਤਾ ਹੈ। ਉਸੇ ਪਿੰਡ ਦਾ ਕਹਿੰਦੇ ਅਰਸ਼ ਬਾਬੇ ਗੁਰਸੇਵਕ ਸਿੰਘ ਸੰਧੂ ਦਾ ਬੇਟਾ ਹੈ, ਬਾਬੇ ਬਲਵੰਤ ਸਿੰਘ ਦਾ ਪੋਤਰਾ ਨੌਜਵਾਨ ਅਰਸ਼ ਪੂਲਿਆਂ ਵਾਲਾ ਲਾ ਤਗੜਾ ਜੱਫਾ ਪੁਆਇੰਟ ਜੋੜਦਾ ਹੋਇਆ। ਆਹ ਗੱਭਰੂ ਕਹਿੰਦੇ ਬਾਰਡਰ ਦੇ ਲਾਗੇ ਚੱਲ ਕੇ ਆਇਆ, ਇੱਥੋਂ ਕਹਿੰਦੇ ਜੀਰਾ, ਜੀਰੇ ਤੋਂ ਮਹੂ, ਮਹੂ ਤੋਂ ਹਰੀਕੇ, ਹਰੀਕਾ ਤੋਂ ਪੱਟੀ ਮੋੜ, ਪੱਟੀ ਮੋੜ ਤੋਂ ਬੁਲਟੋਆ, ਬੁਲਟੋਏ ਤੋਂ ਅਮਰਕੋਟ, ਅਮਰਕੋਟ ਦੇ ਨਾਲ ਪਿੰਡ ਹੈ ਮਹਿਮੂਦਪੁਰਾ, ਮਹਿਮੂਦਪੁਰੇ ਦੇ ਨਾਲ ਆ ਲਾਖਣਾ ਤੇ ਲਾਖਣਾ ਦੇ ਨਾਲ ਬਾਰਡਰ ਦੇ ਪਿੰਡ ਹੈ ਰਾਜੋਕੇ। ਜਿਹੜੇ ਪਿੰਡ ਦਾ ਮੁੰਡਾ ਹੁਣ ਪੁਆਇੰਟ ਲੈ ਕੇ ਆਇਆ ਆਪਣੀ ਟੀਮ ਦੇ ਲਈ, ਇਹ ਮੁੰਡਾ ਕਹਿੰਦੇ ਕੰਡਿਆਲੀ ਤਾਰ ਦੇ ਲਾਗੇ ਚੱਲ ਕੇ ਆਇਆ, ਕੰਡਿਆਲੀ ਤਾਰ ਦੇ ਲਾਗੇ ਚੱਲ ਕੇ ਆਇਆ। ਲਓ ਸਾਹਮਣੇ ਕੱਲ ਖੁਰਦ ਵਾਲਾ ਗੱਭਰੂ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ। ਚਾਰ ਜਾਫੀ ਕਹਿੰਦੇ ਚਾਰੇ ਜਿਹੜੇ ਪਤੰਬਰ ਭੈੜੇ ਆ। ਲਓ ਸਾਹਮਣੇ ਦੇਖੋ ਇਸ ਵੇਲੇ ਕੀਤੀ ਟਰਾਈ ਪੱਜਦੇ ਧੱਕੇ ਉੱਖੜਦੇ ਪੈਰ, ਮੇਰੀ ਸਾਹ ਪੂਰੀ ਪੱਲੇ ਪੱਲੇ, ਸੱਜੇ ਖੱਬੇ ਉੱਤੇ ਥੱਲੇ। ਅੱਜ ਕਹਿੰਦੇ ਯਾਰ ਦੇ ਪਿੰਡ ਮੇਲਾ, ਜੇ ਅੱਜ ਨਾ ਹੁਰ ਹੁਰ ਹੋਈ ਤੇ ਹੋਣੀ ਕਦੋਂ ਹੈ, ਤੇ ਹੋਣੀ ਕਦੋਂ ਹੈ। ਬਾਕੀ ਕਹਿੰਦੇ ਕੱਲੀ ਕੱਲੀ ਕਬੱਡੀ ਦੇ ਸਵਾਦ ਆਓ। ਲਓ ਮੱਖੀ ਕਲਾ ਪਿੰਡ ਕਹਿੰਦੇ ਦਿਆਲਪੁਰੇ ਦੇ ਲਾਗੇ ਹੈ, ਭੀਖੀ ਪਿੰਡ ਤੋਂ ਪਹਿਲਾਂ 6 ਕਿਲੋਮੀਟਰ ਪਿੰਡ ਦਿਆਲਪੁਰ ਆਉਂਦਾ ਤੇ ਦਿਆਲਪੁਰੇ ਦੇ ਨਾਲ ਇੱਕ ਕੱਸੀ ਮੁੜਦੀ ਖੱਬੇ ਪਾਸੇ ਤੇ ਕੱਸੀ ਦੇ ਨਾਲ ਦੀ ਸੜਕ ਜਾਂਦੀ ਮੱਖੀ ਕਲਾ ਨੂੰ। ਇਹ ਮੱਖੀ ਕਲਾ ਪਿੰਡ ਦਾ ਨੌਜਵਾਨ ਸੁਖਜਿੰਦਰ ਸਿੰਘ ਕਬੱਡੀ ਪਾ ਕੇ ਵਾਪਸ ਆਉਂਦਾ ਆ ਆਪਣੀ ਟੀਮ ਦੇ ਲਈ। ਕਹਿੰਦੇ ਮਲੇਸ਼ੀਆ ਦਾ ਇੱਕ ਕੋਲੰਪੁਰ ਮਸ਼ਹੂਰ ਹੈ, ਇੱਕ ਕਹਿੰਦੇ ਇੱਪੋ ਸ਼ਹਿਰ ਮਸ਼ਹੂਰ ਹੈ, ਇੱਪੋ ਦੇ ਵਿੱਚ ਵੀ ਕਹਿੰਦੇ ਮੁੰਡੇ ਨੇ ਧਾਵੇ ਬੋਲੇ ਹੈ। ਪੂਰੀ ਪ੍ਰਬੰਧਕ ਕਮੇਟੀ ਨੂੰ ਮੁਬਾਰਕਬਾਦ ਹੈ ਤੇ ਨਾਲ ਸਾਡਾ ਯਾਰ ਹੈ ਬੂਟਾ ਉਸਤਾਦ ਉਹਨੂੰ ਵੀ ਮੁਬਾਰਕਬਾਦ ਹੈ ਵੀ ਖਿਡਾਰੀ ਬੜੇ ਸਿਰੇ ਦੇ ਸੱਦੇ ਹੈ। ਪ੍ਰਬੰਧਕਾਂ ਨੇ ਵੱਡੀ ਮਿਹਨਤ ਕੀਤੀ ਹੈ ਪਰ ਇੱਧਰ ਕਹਿੰਦੇ ਨੌਜਵਾਨ ਦੀ ਟਰਾਈ ਬਹੁਤ ਸੋਹਣੀ ਸੀ ਪਰ ਸਫਲਤਾ ਭਾਵੀ ਦੇ ਕੰਮ ਚ ਆਉਂਦੀ ਹੈ। ਲੈਡੀ ਗੁਰਚਰਨ ਸਿੰਘ ਕਬੱਡੀ ਰਾਜੋਕੇ ਵਾਲੇ ਮੁੰਡੇ ਦੀ ਹੈ ਤੇ ਕਰਖਾ ਗੱਲ ਕੋਈ। ਲਓ ਦੇਖੋ ਸਾਹਮਣੇ ਖੇਡ ਦੇ ਮੈਦਾਨ ਵਿੱਚ ਗਿੰਦਰ ਦੀ ਹੁਣ ਕਬੱਡੀ ਪੈਂਦੀ ਹੈ। ਉੱਧਰ ਗੁਰਮੇਲ ਸਿੰਘ ਜੀ ਸਰਪੰਚ ਸਾਹਿਬ ਤੇ ਨਾਲ ਬਲਵੰਤ ਸਿੰਘ ਜੀ ਕਹਿੰਦੇ ਹੈ ਵੀ ਜਿੰਨੇ ਜੱਫੇ ਲਾਉਂਦੇ ਨਾ ਮੁੰਡੇ ਉਮਰੀ ਵਾਲੇ ਪਿੰਡ ਦੇ ਉਹਨੇ 100-100 ਦੇ ਨੋਟ ਅਸੀਂ ਦੇਣੇ ਹੈ। ਲਓ ਦੇਖੋ ਸਾਹਮਣੇ ਗਿੰਦਰ ਦੀ ਪਾਈ ਹੋਈ ਕਬੱਡੀ ਖੇਡ ਮੈਦਾਨ ਵਿੱਚ ਹੈ। ਗੋਟਿਆਂ ਟੀਮਾਂ ਦੋਨੋਂ ਤਿਆਰ ਹੈ ਕਿਉਂਕਿ ਦੋਦਾ ਵੀ ਤਿਆਰ ਹੈ, ਲੌਂਗੋਦੇਵੇ ਦਾ ਮੈਚ ਹੈ। ਚੀਮਾ ਯੋਧਪੁਰ ਨੇ ਕਹਿੰਦੇ ਫਰੈਂਡ ਕਬੱਡੀ ਕਲੱਬ ਜੀਰੇ ਦੇ ਨਾਲ ਟੱਕਰ ਲੈਣੀ ਹੈ, ਟੀਮਾਂ ਉਹ ਵੀ ਤਿਆਰ ਨੇ। ਲੈਬੀ ਗਿੱਲਿਆ ਹੁਣ ਸਾਹਮਣੇ ਦੇਖ ਲੈ ਵੀ ਨੌਜਵਾਨ ਗੱਭਰੂ ਦੀ ਪਾਈ ਹੋਈ ਕਬੱਡੀ ਹੈ। ਕੱਲ ਖੁਰਦ ਪਿੰਡ ਉਹ ਹੈ ਜਿੱਥੇ ਕਹਿੰਦੇ ਬੂਟੇ ਦਾ ਮਾਨ ਸਨਮਾਨ ਕੀਤਾ ਗਿਆ। ਲਓ ਸਾਹਮਣੇ ਰਾਜਾਂ ਵਾਲੇ ਰੈਂਪੇ ਵੱਲੋਂ ਲਓ ਦੇਖੋ ਸਾਹਮਣੇ ਕਬੱਡੀ ਦੇ ਮੈਦਾਨ ਦੇ ਵਿੱਚ ਲੱਗਦਾ ਹੋਇਆ ਜੱਫਾ ਇੱਕ 100 ਰੁਪਇਆ ਗੁੱਲੇ ਦੇ ਲਈ ਬਾਬਾ ਬਲਦੇਵ ਸਿੰਘ ਜੀ ਜਿਨ੍ਹਾਂ ਨੇ ਲੰਗਰਾਂ ਦੀ ਸੇਵਾ ਕੀਤੀ ਹੈ। ਬਲਵੰਤ ਸਿੰਘ ਜੀ ਸੰਧੂ ਸਾਹਿਬ 100 ਰੁਪਇਆ ਤੇ ਸਰਦਾਰ ਗੁਰਮੇਲ ਸਿੰਘ ਜੀ ਸਰਪੰਚ ਸਾਹਿਬ ਵੱਲੋਂ 100 ਰੁਪਏ ਦਾ ਮਾਨ ਸਨਮਾਨ ਹੈ। ਲਓ ਸਾਹਮਣੇ ਸਰਦਾਰ ਬੇਅੰਤ ਸਿੰਘ ਜੀ ਕਹਿੰਦੇ 100 ਦਾ ਨੋਟ ਇਸ ਮੁੰਡੇ ਨੂੰ ਸਾਡੀ ਤਰਫੋਂ ਵੀ ਦੇ ਦਿਓ ਕਿਉਂਕਿ ਮਾਇਆ ਗੱਫੇ ਹੈ ਤੇ ਨਾਲ ਦਰਸ਼ਨ ਸਿੰਘ ਜੀ ਸੰਧੂ ਸਾਹਿਬ ਉਹ ਵੀ ਮਾਇਆ ਦੇ ਗੱਫੇ 100-100 ਦੇ ਨੋਟ ਦੇ ਜਾਂਦੇ ਹੈ। ਪਰ ਉਹ ਦੇਖੋ ਸਾਹਮਣੇ ਗੁੱਲੇ ਦੇ ਲਈ ਮਾਨ ਸਨਮਾਨ ਹੈ, ਇਹ ਮਾਨ ਸਨਮਾਨ ਗੁੱਲੇ ਦੇ ਲਈ ਹੈ। ਮੈਚ ਸਮਾਪਤ ਹੈ, ਅਗਲਾ ਮੈਚ ਦੋਦਾ ਤੇ ਲੌਂਗੋਦੇਵੇ ਦਾ ਖੇਡਿਆ ਜਾਣਾ ਹੈ। ਚੀਮਾ ਯੋਧਪੁਰ ਨੇ ਫਰੈਂਡ ਕਬੱਡੀ ਕਲੱਬ ਜੀਰੇ ਨਾਲ ਖੇਡਣਾ ਹੈ। ਖੋਸਾ ਕੋਟਲਾ ਤੇ ਪੰਜ ਗ੍ਰਾਈ ਕਲਾਂ ਹੈ, ਬਾਪੂ ਹੀਰਾ ਦਾਸ ਕਲੱਬ ਦੌਦਰ ਤੇ ਭਾਂਗਰ ਦੀ ਡਾਂਗ ਉੱਠਣੀ ਹੈ। ਇਹ ਟੀਮਾਂ ਆਪਣੀ ਤਿਆਰੀ ਰੱਖਣ ਜਿੱਦਾਂ ਜਿੱਦਾਂ ਮੈਚ ਬੋਲੇ ਜਾ ਰਹੇ ਨੇ। ਉਮਰੀਆਣੇ ਦੇ ਪੁਆਇੰਟ ਆ 9.5
ਤੇ ਕੱਲ ਖੁਰਦ ਦੇ ਪੁਆਇੰਟ ਆ 2 ਉਮਰੀਆਣੇ ਦੀ ਟੀਮ ਇਸ ਮੁਕਾਬਲੇ ਦੇ ਵਿੱਚੋਂ ਜਿੱਤੂ ਰਹੀ ਹੈ ਉਮਰੀਆਣੇ ਦੀ ਟੀਮ ਜਿੱਤੂ ਰਹੀ ਹੈ ਹਾਲੇ ਕਹਿੰਦੇ ਉਮਰੀਆਣੇ ਦੀ ਟੀਮ ਦੇ ਵਿੱਚ ਗੋਗੋ ਰੁੜਕੀ ਨੇ ਵੀ ਪੁੱਜਣਾ ਸੀਗਾ ਉਹਨੂੰ ਕਹਿੰਦੇ ਟਾਈਮ ਤੇ ਕੋਈ ਕੰਮ ਹੋ ਗਿਆ ਨਹੀਂ ਪੁੱਜ ਸਕਿਆ ਕਲਸੀ ਸਾਡਾ ਯਾਰ ਦੱਸ ਰਿਹਾ ਵੀ ਗੋਗੋ ਰੁੜਕੀ ਵੀ ਪੁੱਜਣਾ ਸੀਗਾ ਉਹ ਕਿਸੇ ਕਾਰਨ ਨਹੀਂ ਪੁੱਜ ਸਕਿਆ ਪਰ ਉਹਨੇ ਵਾਅਦਾ ਕੀਤਾ ਵੀ ਹੋਰ ਜਿੱਥੇ ਵੀ ਕੋਈ ਮੇਲਾ ਹੋਇਆ ਨਾ ਪਿੰਡ ਦੇ ਲਾਗੇ ਤੇ ਮੈਂ ਜ਼ਰੂਰ ਆਵਾਂਗਾ ਪਰ ਕਿੰਦੇ ਦੇ ਰਜੇਵੇਂ ਬਹੁਤ ਹੈ ਕਿਸੇ ਨੂੰ ਕਿ ਅੰਬੈਸੀ ਜਾਣਾ ਪੈਂਦਾ ਹੈ ਕਿਉਂਕਿ ਕਾਫੀ ਸਾਰੇ ਪਲੇਅਰ ਆ ਜਿਨ੍ਹਾਂ ਦੇ ਵੀਜ਼ੇ ਰਿਫਿਊਜ਼ ਹੋ ਗਏ ਕੋਈ ਚੱਕਰਾਂ 'ਚ ਪਏ ਫਿਰਦੇ ਆ ਪਰਮਾਤਮਾ ਅੱਗੇ ਅਰਦਾਸ ਹੀ ਦੁਆ ਹੈ ਵੀ ਜਲਦੀ ਜਲਦੀ ਇਹਨਾਂ ਦੀ ਵੀ ਜਹਾਜ਼ ਉੱਡਣ ਬਾਈ ਕਰਜਾਰਨ ਜੀ ਲੌਂਗੋ ਦੇ ਵੇਲਿਆਂ ਦੀ ਐਂਟਰੀ ਫੀਸ ਨਹੀਂ ਆਈ ਉਹਨਾਂ ਨੂੰ ਮਾੜੀ ਬੇਨਤੀ ਕਰੋ ਐਂਟਰੀ ਫੀਸ ਭੇਜੋ ਲੈ ਵੀ ਗਿਆਨੀ ਲੌਂਗੋ ਦੇਵੀਆ ਇਹ ਪ੍ਰਬੰਧਕਾਂ ਦੇ ਨਾਲ ਇੱਕ ਵਾਰੀ ਜ਼ਰੂਰ ਰਾਬਤਾ ਕਾਇਮ ਕਰ ਲੈਣਾ ਹੈ ਲੌਂਗੋ ਦੇਵਾ ਵਰਸੇ ਦੋਦੇ ਦਾ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਔਰ ਨਾਲ ਹੀ ਚੀਮਾ ਯੂਥਪੁਰ ਤੇ ਫਰੈਂਡ ਕਬੱਡੀ ਕਲੱਬ ਜੀਰੇ ਦੀਆਂ ਟੀਮਾਂ ਜਲਦੀ ਤੋਂ ਜਲਦੀ ਆਪਣੀ ਤਿਆਰੀ ਕਰ ਲੈਣ ਖੇਡ ਦੇ ਮੈਦਾਨ ਦੇ ਲਈ ਇਹਨਾਂ ਟੀਮਾਂ ਨੂੰ ਆਪਾਂ ਸੱਦਾ ਦੇਵਾਂਗੇ ਬਾਹਰਲੇ ਪਾਸੇ ਤਿਆਰੀ ਰੱਖਣ ਆਪਾਂ ਦਿਲੋਂ ਧੰਨਵਾਦ ਕਰਾਂਗੇ ਸਰਦਾਰ ਸੂਬਾ ਸਿੰਘ ਜੀ ਸੰਧੂ ਸਾਹਿਬ ਔਰ ਉਹਨਾਂ ਦੇ ਨਾਲ ਸਰਦਾਰ ਤੇਜਾ ਸਿੰਘ ਜੀ ਸੰਧੂ ਸਾਹਿਬ ਜਿਹਨਾਂ ਨੇ ਅੱਜ ਦੇ ਕਬੱਡੀ ਦੇ ਮਹਾਂਕੁੰਭ ਦਾ ਫਸਟ ਪ੍ਰਾਈਜ ਆਪਣੇ ਨੇਕ ਬਾਈ ਦੇ ਵਿੱਚ ਦੇਣਾ ਹੈ ਆਪਾਂ ਦਿਲੋਂ ਧੰਨਵਾਦ ਕਰਾਂਗੇ ਇੱਧਰ ਕਬੱਡੀ ਦਾ ਮਹਾਰਥੀ ਯੋਧਾ ਕਬੱਡੀ ਦਾ ਬਾਬਾ ਬੋੜ ਇਸ ਇਲਾਕੇ ਦਾ ਮਾਣ ਲਾਲਾ ਤਲਵੰਡੀ ਭਾਈ ਵਾਲਾ ਤੇ ਨਾਲ ਸਾਡਾ ਯਾਰ ਨਿੱਕਾ ਸ਼ੇਖਮਾ ਵਾਲਾ ਬਲਜੀਤ ਦਾ ਪੇਂਡੂ ਪਹੁੰਚ ਚੁੱਕੇ ਹੈ ਅਸੀਂ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਾਂਗੇ ਲੈ ਵੀ ਅਮਰੀਕ ਆਪਾਂ ਹੁਣ ਕਬੱਡੀ ਦੇ ਮੈਦਾਨ ਵਿੱਚ ਗੱਲ ਕਰਨੀ ਲੌਂਗੋ ਦੇਵੇ ਦੀ ਤੇ ਨਾਲ ਮੇਰੀ ਮਿੱਤਰਾ ਆਪਾਂ ਗੱਲ ਕਰਾਂਗੇ ਦੋਦੇ ਦੀ ਗੁਰਪ੍ਰੀਤ ਸਿੰਘ ਜੀ ਸੰਧੂ ਤੇ ਗੁਰਮੇਲ ਸਿੰਘ ਜੀ ਸਰਪੰਚ ਗੋਲਡੀ ਸੰਧੂ ਜੀ ਸਾਡੇ ਆਸਟ੍ਰੇਲੀਆ ਵਾਲੇ ਇਹਨਾਂ ਵੱਲੋਂ 21,000 ਰੁਪਏ ਦਾ ਸੈਕਿੰਡ ਪ੍ਰਾਈਜ਼ ਦਿੱਤਾ ਜਾ ਰਿਹਾ ਹੈ ਆਪਾਂ ਧੰਨਵਾਦ ਕਰਾਂਗੇ ਸਰਦਾਰ ਬਲਵੰਤ ਸਿੰਘ ਜੀ ਸੰਧੂ ਆਸਟ੍ਰੇਲੀਆ ਵਾਲੇ ਇਹਨਾਂ ਵੱਲੋਂ 2 ਵਾਸ਼ਿੰਗ ਮਸ਼ੀਨਾਂ ਬੈਸਟ ਰੇਟਰ ਤੇ ਜਾਫੀ ਦੇ ਲਈ ਤੇ 5100 ਰੁਪਏ ਦਾ ਵੱਖਰਾ ਮਾਨ ਸਨਮਾਨ ਇਹ ਮੇਲੇ ਦੀ ਗ੍ਰਾਹੀ ਸਾਡੇ ਵੀਰ ਬਿੱਟੂ ਨੇ ਦੱਸ ਰਹੇ ਹੈ ਆਪਾਂ ਧੰਨਵਾਦ ਕਰਾਂਗੇ ਸਾਰੇ ਪਰਿਵਾਰਾਂ ਦਾ ਨਾਲ ਦੀ ਨਾਲ ਲਓ ਕਬੱਡੀ ਦੇ ਮੈਦਾਨ ਵਿੱਚ ਮੈਚ ਸ਼ੁਰੂ ਹੋ ਚੁੱਕਿਆ ਮੈਚ ਕਹਿੰਦੇ ਆ ਵੀ ਪੂਰਾ ਸਿਰੇ ਦਾ ਇੱਕ ਪਾਸੇ ਟੀਮ ਉਹ ਜਿਹੜੀ ਦੋਦੇ ਦੀ ਹੈ ਦੋਵੇਂ ਟੀਮਾਂ ਪੂਰੀਆਂ ਵਧੀਆ ਟੀਮਾਂ ਹੈ 4 ਜਾਫੀ ਇੱਕ ਪਾਸੇ ਮੁੰਡਾ ਲੁਧਿਆਣੇ ਵਾਲਾ ਜਨੇਤਪੁਰੇ ਪਿੰਡ ਦਾ ਹੈ ਪਰ ਆਹ ਕਹਿੰਦੇ ਗੱਭਰੂ ਹੈ ਕਾਲਾ ਦੋਦੇ ਦੀ ਧਰਤੀ ਦਾ ਜਿਹਨੇ ਵੱਧ ਕੇ ਟਰਾਈ ਕੀਤੀ ਹੈ ਮੁਕਤਸਰ ਦੀ ਧਰਤੀ ਹੈ ਤੇ ਮੁਕਤਸਰ ਤੋਂ ਕਹਿੰਦੇ ਸਾਢੇ ਕੋ 15 ਕਿਲੋਮੀਟਰ ਦੂਰ ਪਿੰਡ ਹੈ ਦੋਦਾ ਦੋਦਾ ਤੇ ਕੌੜੀ 2 ਪਿੰਡ ਹੈ ਉਹ ਸਾਹਮਣੇ ਕਹਿੰਦੇ ਆਹ ਨੌਜਵਾਨ ਦਾ ਦੋਦਾ ਪਿੰਡ ਹੈ ਤੇ ਕਾਲੇ ਨੇ ਕਹਿੰਦੇ ਟਰਾਈ ਕੀਤੀ ਹੈ ਪੁਆਇੰਟ ਇਸ ਵੇਲੇ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ ਜੱਸੀ ਦਾ ਕਹਿੰਦੇ ਚੰਦ ਪਿੰਡ ਹੈ ਕਿਉਂਕਿ ਇੱਕ ਚੰਦ ਪੁਰਾਣਾ ਇੱਕ ਚੰਦ ਨਵਾਂ ਤੇ ਇੱਕ ਚੰਦ ਕਹਿੰਦੇ ਉੱਪਰ ਅੰਬਰ ਦੇ ਵਿੱਚ ਹੈ ਜਿਹੜਾ 384,400 ਕਿਲੋਮੀਟਰ ਸਾਥੋਂ ਦੂਰ ਹੈ ਪਰ ਇਹਦਾ ਚੰਦ ਪਿੰਡ ਕਹਿੰਦੇ ਬਾਗੇ ਪ੍ਰਣ ਦੇ ਬਿਲਕੁਲ ਲਾਗੇ ਕਹਿ ਸਕਦੇ ਹੈ ਲਓ ਜੱਸੀ ਚੰਦਾ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ 4 ਜਾਫੀ ਤੇ 4 ਤੋਂ 3 ਤਿੰਨਾਂ ਤੋਂ 2 ਤੇ ਦੋਵਾਂ ਤੋਂ 1 ਦੇ ਨਾਲ ਮੁਕਾਬਲਾ ਹੈ ਲਓ ਸਾਹਮਣੇ ਦੇਖੋ ਹਲਕਾ ਟੱਚ ਫੁੱਲ ਵਰਗਾ ਤੇ ਨੌਜਵਾਨ ਬਹੁਤ ਸੋਹਣਾ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਉਧਰ ਜਿੰਨੇ ਵੀ ਸਾਡੇ NRI ਵੀਰ ਹੈ ਆਪਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਵੱਡੇ ਯੋਗਦਾਨ ਹੈ ਸਾਰੇ ਨਗਰ ਦਾ ਵੱਡਾ ਸਹਿਯੋਗ ਹੈ ਤੇ ਪ੍ਰਬੰਧਕਾਂ ਨੇ ਕਹਿੰਦੇ ਸਿਰੇ ਦੀ ਮਿਹਨਤ ਕੀਤੀ ਹੈ ਤੇ ਬਾਕੀ ਵੱਡੇ ਪ੍ਰਬੰਧ ਕੀਤੇ ਪ੍ਰਮਾਤਮਾ ਸਾਰਿਆਂ ਨੂੰ ਲੰਬੀ ਉਮਰ ਦੇਵੇ ਲਓ ਸਾਹਮਣੇ ਆਹ ਨੌਜਵਾਨ ਦਾ ਕਹਿੰਦੇ ਫੱਕਰ ਝੰਡਾ ਪਿੰਡ ਹੈ ਲਓ ਫੱਕਰ ਝੰਡੇ ਵਾਲਾ ਹਰਦੇਵ ਲਾ ਸਿਰੇ ਦਾ ਜੱਫਾ ਪੁਆਇੰਟ ਜੋੜਦਾ ਹੈ ਆਪਣੀ ਟੀਮ ਦੇ ਲਈ ਇਹ ਮੁੰਡਾ ਵੀ ਘੱਟ ਤੋਂ ਘੱਟ ਮੈਨੂੰ ਲੱਗਦਾ ਵੀ 225 ਕਿਲੋਮੀਟਰ ਸਫ਼ਰ ਤੈਅ ਕਰਕੇ ਇੱਥੇ ਪੁੱਜਾ ਹੈ ਕਿਉਂਕਿ ਮਾਨਸਾ ਤੋਂ 30-32 ਕਿਲੋਮੀਟਰ ਤੇ ਝੁਨੀਰ ਫੱਤਾ ਮਾਲੋਕ ਹੈ ਤੇ ਕਿਤੇ ਅੱਗੇ ਜਾ ਕੇ ਫੱਕਰ ਝੰਡਾ ਪਿੰਡ ਹੈ ਹਰਦੇਵ ਦਾ ਕਿੱਡੀ ਦੂਰ ਤੋਂ ਪਲੇਅਰ ਅੱਜ ਕਹਿੰਦੇ ਉਮਰੀਆਣੇ ਵਾਲਿਆਂ ਨੇ ਸੱਦੇ ਹੈ ਪਰਮਾਤਮਾ ਤਰੱਕੀਆਂ ਦੇਵੇ ਹੋਰ ਇਸੇ ਤਰ੍ਹਾਂ ਮੇਲੇ ਭਰਦੇ ਰਹਿਣ ਲਓ ਪੀਸਾ ਕਹਿੰਦੇ ਨੌਜਵਾਨ ਇਸ ਵੇਲੇ ਕਬੱਡੀ ਪਾ ਰਿਹਾ ਹੈ ਲਓ ਦੋਦੇ ਵਾਲਾ ਰੁਪਿੰਦਰ ਸਿੰਘ ਨਾਮ ਹੈ ਦੁਨੀਆ ਪਿਆਰ ਨਾਲ ਪੀਸਾ ਕਹਿੰਦੀ ਹੈ ਇਹ ਮੁੰਡੇ ਨੇ ਬਜਨੀ ਕਬੱਡੀ ਦੇ ਵਿੱਚ ਮੋਟਰਸਾਈਕਲ ਜਿੱਤੇ ਹੋਏ ਹੈ ਕਿੱਡੀ ਮਾਣ ਦੀ ਗੱਲ ਹੈ ਵੀ ਮੁੱਛਫੁੱਟ ਗੱਭਰੂ ਹੈ ਤੇ ਮੋਟਰਸਾਈਕਲ ਜਿਹੜੇ ਜਿੱਤਣੇ ਸ਼ੁਰੂ ਕਰ ਦਿੱਤੇ ਹੈ ਇਹ ਵੀ ਇੱਕ ਵੱਡਾ ਮਾਣ ਲਓ ਸਾਹਮਣੇ ਦੇਖੋ ਨੌਜਵਾਨ ਦੀ ਪਾਈ ਹੋਈ ਕਬੱਡੀ 4 ਜਾਫੀ ਲਓ ਲਵਲੀ ਨੂੰ ਲੋਕੀ ਪਿਆਰ ਨਾਲ ਬੋਤਲ ਕਹਿੰਦੇ ਹੈ ਬੋਤਲ ਨੇ ਟਰਾਈ ਕੀਤੀ ਹੈ ਤੇ ਪੁਆਇੰਟ ਰੇਟਰ ਦੇ ਹਿੱਸੇ ਜੁੜਦਾ ਹੋਇਆ ਮੈਂ ਵੀ ਗੁਰਚਰਨ ਕਰਖਾ ਗੱਲ ਕੀ ਮੁੰਡੇ ਦੀ ਪਾਈ ਹੋਈ ਕਬੱਡੀ ਤੇ ਲਓ ਉਧਰ ਸਾਹਮਣੇ ਆਪਾਂ ਦੇਖ ਰਹੇ ਵੀ ਕਬੱਡੀ ਦੇ ਮੈਦਾਨ ਦੇ ਵਿੱਚ ਮੈਚ ਵਾਕਈ ਸਿਰੇ ਦੇ ਖੇਡੇ ਜਾ ਰਹੇ ਹੈ ਜਿੰਨੇ ਪਲੇਅਰ ਪੁੱਜੇ ਆ ਸਿਰੇ ਦੇ ਪੁੱਜੇ ਹੈ ਕਿਉਂਕਿ ਯਾਰੀਆਂ ਨਿਭਾਉਣ ਦੇ ਲਈ ਪੁੱਜੇ ਪਿਆਰ ਦੇ ਨਾਲ ਪੁੱਜੇ ਹੈ ਜੇਕਰ ਪੈਸਿਆਂ ਦੀ ਗੱਲ ਕਰੀਏ ਤੇ ਇਹਨਾਂ ਨੂੰ ਲਿਆਉਣਾ ਬੜੀ ਮੁਸ਼ਕਿਲ ਵਾਲੀ ਗੱਲ ਹੈ ਲਓ ਖੇਡ ਦੇ ਮੈਦਾਨ ਦੇ ਵਿੱਚ ਆਪਾਂ ਦੇਖਾਂਗੇ ਯੋਧਪੁਰ ਚੀਮਿਆਂ ਦੀ ਟੀਮ ਯਾਰ ਫੌਜੀ ਪੁੱਜ ਗਏ ਆਪਾਂ ਦਿਲੋਂ ਧੰਨਵਾਦ ਕਰਾਂਗੇ ਵਾਂ ਪਿੰਡ ਦੇ ਟੂਰਨਾਮੈਂਟ ਦੀ ਕਹਿੰਦੇ ਉਪ ਜੇਤੂ ਟੀਮ ਹੈ ਉੱਧਰ ਬਲਜੀਤ ਕਾਲੋ ਡਾਕਟਰ ਵੀ ਪੁੱਜ ਗਏ ਆਪਾਂ ਇਸ ਨੌਜਵਾਨ
ਨੇ ਵੀ ਕੱਲ ਸਿਰੇ ਦੀਆਂ ਕਬੱਡੀਆਂ ਪਾਈਆਂ, ਗੱਲ ਸਿਰੇ ਤੇ ਲਾਈ ਹੈ। ਆਪਾਂ ਸਾਰੇ ਖਿਡਾਰੀਆਂ ਦਾ ਧੰਨਵਾਦ ਕਰਾਂਗੇ। ਅਗਲਾ ਜਿਹੜਾ ਮੈਚ ਚੀਮਾ ਯੋਧਪੁਰ ਤੇ ਫਰੈਂਡਜ ਕਬੱਡੀ ਕਲੱਬ ਜੀਰੇ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ ਹੈ। ਇਹ ਵੀ ਟੀਮਾਂ ਆਪਣੀ ਜਲਦੀ ਤਿਆਰੀ ਕਰ ਲੈਣ, ਬਾਹਰਲੇ ਪਾਸੇ ਇਹਨਾਂ ਟੀਮਾਂ ਨੂੰ ਵੀ ਨਾਲ ਦੀ ਨਾਲ ਆਪਾਂ ਦੱਸ ਦੇਵਾਂਗੇ ਵੀ ਇਹ ਵੀ ਟੀਮਾਂ ਆਪਾਂ ਤਿਆਰੀ ਕਰਨ। ਖੋਸਾ ਕੋਟਲਾ ਤੇ ਪੰਜ ਰਾਈਕਲ ਆ। ਲੈ ਵੀ ਅਮਰੀਕ, ਆਹ ਮੁੰਡੇ ਦਾ ਕੱਦ ਭਾਵੇਂ ਛੋਟਾ ਹੈ ਪਰ ਹੁਣ ਕੰਮ ਵੱਡੇ ਕਰਨ ਨੂੰ ਫਿਰਦਾ, ਜਿਗਰਾ ਦੇਖ ਮੁੰਡੇ ਦਾ ਕੱਢਾ ਹੈ। ਲਓ ਦੇਖੋ ਸਾਹਮਣੇ ਪਾਈ ਹੋਈ ਕਬੱਡੀ ਹੈ। ਉੱਧਰ ਅਸੀਂ ਸਮੁੱਚੇ ਨਗਰ ਪਿੰਡ ਉਮਰੀਆਣੇ ਦਾ ਤੇ ਗ੍ਰਾਮ ਪੰਚਾਇਤ ਦਾ ਦਿਲੋਂ ਧੰਨਵਾਦ ਕਰਦੇ ਹਾਂ ਤੇ ਨਾਲ ਇਸ ਨਗਰ ਦੇ ਬੁਲਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਵੱਡੀ ਮਿਹਨਤ ਕਰਕੇ ਐਤਕੀ ਕਹਿੰਦੇ ਵੱਡੀਆਂ ਰੌਣਕਾਂ ਲਾਈਆਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ। ਲਓ ਜੱਸੀ ਸਾਹਮਣੇ ਚੰਦ ਪ੍ਰਾਣੇ ਦਾ ਅਗਲੀ ਉਡਾਨ ਭਰਦਾ ਹੋਇਆ ਕਬੱਡੀ ਦੇ ਮੈਦਾਨ ਦੇ ਵਿੱਚ। ਉੱਧਰ ਹੁਣ ਤਿੰਨ ਜਾਫੀ। ਲਓ ਦੇਖੋ ਸਾਹਮਣੇ ਲੌਂਗੋਦੇਵਾ ਪਿੰਡ ਹੈ, ਦਿਲਬਾਗ ਬਾਗੇ ਉਹਨਾਂ ਦਾ ਪਿੰਡ ਹੈ, ਉਹਨਾਂ ਨੇ ਵੀ ਕਬੱਡੀ ਖੇਡੀ ਹੈ। ਲਓ ਦੇਖੋ ਸਾਹਮਣੇ ਜੱਸੀ ਆਪਣੀ ਟੀਮ ਦੇ ਹਿੱਸੇ ਨੰਬਰ ਜੋੜਦਾ ਆ। ਬੂਟਾ ਸਿਆ, ਸਮੇਂ ਨੂੰ ਦੇਖ ਕੇ ਮੈਚ ਕਰਾ ਦਿਆ ਕਰੋ, ਜਿੱਦਾਂ ਦਾ ਮੈਚ ਹੁੰਦਾ ਉਹੋ ਜਿਹਾ ਮੈਚ ਨੂੰ ਸਮਾਂ ਦੇ ਦਿਆ ਕਰੋ ਕਿਉਂਕਿ ਅਗਲੀਆਂ ਟੀਮਾਂ ਆਪਣੇ ਕੋਲ ਸਿਰੇ ਦੀਆਂ ਪੁੱਜੀਆਂ ਹੋਈਆਂ। ਲੈ ਵੀ ਅਮਰੀਕ ਬਾਈ, ਆਹ ਮੁੰਡੇ ਦਾ ਪਿੰਡ ਤਲਵੰਡੀ ਆ ਜਿੱਥੋਂ ਦੇ ਲਾਲ ਲਿਓਣੀ ਪੁੱਜੇ ਆ। ਲਓ ਸਾਹਮਣੇ ਤਲਵੰਡੀ ਵਾਲਾ ਇਸ ਵੇਲੇ ਨੌਜਵਾਨ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ। ਇੱਧਰ ਕਹਿੰਦੇ ਮੁੰਡਾ ਮੁਕਸਰੀਆ ਟਰਾਈ ਕਰਦਾ, ਦੋਦਾ ਪਿੰਡ ਇਸ ਨੌਜਵਾਨ ਦਾ, ਜ਼ਿਲ੍ਹਾ ਮੁਕਸਰ ਹੈ। ਹਿੰਦੁਸਤਾਨ ਦੇ ਕਹਿੰਦੇ 600 ਤੇ 40 ਕੁ ਜ਼ਿਲ੍ਹੇ ਹੋਣਗੇ, 22 ਜ਼ਿਲ੍ਹੇ ਪੰਜਾਬ ਦੇ ਹਿੱਸੇ ਆ ਗਏ ਤੇ 22 ਜ਼ਿਲ੍ਹਿਆਂ ਦੇ ਵਿੱਚੋਂ ਆਹ ਪਿੰਡ ਹੈ ਤੇ ਆਹ ਕਹਿੰਦੇ ਜ਼ਿਲ੍ਹਾ ਜਿੱਥੇ ਅੱਜ ਰੌਣਕਾਂ ਲੱਗੀਆਂ। ਇੱਕ ਵੱਖਰੀ ਮਿਸਾਲ ਕਾਇਮ ਕੀਤੀ ਹੈ। ਜਿਹੜੇ ਕੈਨੇਡਾ ਅਮਰੀਕਾ ਬੈਠੇ ਆ ਉਹਨਾਂ ਦੀ ਗੱਲ ਵੱਖਰੀ ਹੈ, ਪਰ ਜਿਹੜੇ ਪੰਜਾਬ ਦੇ ਵਿੱਚ ਪਲੇਅਰ ਹਨ ਉਹ ਸਾਰੇ ਕਹਿੰਦੇ ਸਟਾਰ ਜਿਹੜੇ ਅੱਜ ਇੱਥੇ ਖੜੇ ਕਰ ਲਏ ਆ। ਮੇਰੀ ਬੇਨਤੀ ਹੈ ਕਿਰਪਾ ਕਰਕੇ ਅਗਲੇ ਮੈਚ ਦੀਆਂ ਟੀਮਾਂ ਜਲਦੀ ਪੁੱਜਣਗੀਆਂ। ਇਸ ਮੈਚ ਦੇ ਵਿੱਚ ਉਹ ਦੋਦੇ ਦੀ ਟੀਮ ਜੇਤੂ ਰਹੀ ਹੈ, ਦੋਦੇ ਦੀ ਟੀਮ ਜੇਤੂ ਰਹੀ ਹੈ। ਅਗਲੇ ਰਾਊਂਡ ਦੀਆਂ ਟਾਂਗਾਂ ਜਿਹੜੀਆਂ ਗਰਾਊਂਡ 'ਚ ਪਾਈਆਂ ਜਾਣਗੀਆਂ। ਵੀ ਕਿਸੇ ਦੇ ਮਨ ਦੇ ਵਿੱਚ ਕੋਈ ਬ੍ਰੇਨ ਦੇ ਵਿੱਚ ਕੋਈ ਵਹਿਮ ਹੈ, ਕੋਈ ਸ਼ੱਕ ਹੈ, ਕੋਈ ਡਾਊਟ ਹੈ ਨਾ, ਤੇ ਤੁਸੀਂ ਆ ਕੇ ਦੇਖ ਸਕਦੇ ਹੋ, ਕਿਉਂਕਿ ਪਲੇਅਰ ਇੰਨੀ ਦੂਰ ਦੂਰ ਤੋਂ ਸਦੇ ਦੇ ਆਪਣਾ ਫਰਜ਼ ਬਣਦਾ ਹੈ ਵੀ ਆਪਾਂ ਸਾਰਿਆਂ ਦੇ ਨਾਲ ਇਨਸਾਫ਼ ਕਰੀਏ, ਸਾਰੇ ਖੁਸ਼ ਜਾਣ, ਸਾਰੇ ਹੱਸਦੇ ਖੇਡਦੇ ਜਾਣ, ਇਹ ਸਾਰਿਆਂ ਦੇ ਨਾਲ ਇਨਸਾਫ਼ ਹੋਵੇਗਾ ਕਿਉਂਕਿ ਪ੍ਰਬੰਧਕਾਂ ਦਾ। ਹੈਲੋ ਵੀਰ ਜੀ, ਲਾਸਟ ਮੈਚ ਇਸ ਰਾਊਂਡ ਦਾ ਵਕੀਲਾਂ ਵਾਲਾ ਸ਼ਾਹਕੋਟ, ਨੋਟ ਕਰ ਲਓ ਬਾਈ ਜੀ, ਲਾਸਟ ਮੈਚ ਵਕੀਲਾਂ ਵਾਲਾ ਸ਼ਾਹਕੋਟ। ਦੋਵੇਂ ਟੀਮਾਂ ਦਾ ਮੈਚ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਹੈ। ਇੱਕ ਪਾਸੇ ਟੀਮ ਜੋਧਪੁਰ ਚੀਮਾ ਤੇ ਦੂਜੇ ਪਾਸੇ ਫਰੈਂਡਜ ਕਲੱਬ ਜੀਰਾ। ਫਰੈਂਡਜ ਕਲੱਬ ਜੀਰਾ ਦੀ ਟੀਮ ਵੀ ਆ ਗਈ ਹੈ, ਜੋਧਪੁਰ ਚੀਮੇ ਦੀ ਟੀਮ ਵੀ ਗਰਾਊਂਡ ਦੇ ਵਿੱਚ ਆ ਗਈ ਹੈ। ਮੁੰਡੇ ਸਾਰੇ ਵਧੀਆ, ਜਿੰਨੇ ਵੀ ਕਬੱਡੀ ਦੇ ਸਟਾਰ ਪੁੱਜੇ ਨੇ, ਫੌਜੀ ਕਹਿੰਦੇ ਰੇਸ਼ਮ ਫੂਲੇ ਵਾਲੀਆਂ ਜਾਂ ਗੁਰਜੀਤ ਲੰਗੇਆਣੀਆਂ, ਬੂਟੇ ਬਾਈ ਦੇ ਨਾਲ ਸੰਪਰਕ ਕਰ ਲੈਣ ਆ ਕੇ। ਗੁਰਜੀਤ ਲੰਗੇਆਣਾ ਰੇਸ਼ਮ ਫੂਲੇ ਵਾਲਾ ਜੀ, ਉਹ ਕਿਰਪਾ ਕਰਕੇ ਸੰਪਰਕ ਕਰ ਲੈਣ। ਜਿਨ੍ਹਾਂ ਦੀ ਡਿਊਟੀ ਟਾਈਆਂ ਤੇ ਲੱਗੀ ਉਹ ਵੀਰ ਦੋਨੇ ਆਪਣੀ ਉਹ ਕਾਪੀ ਲੈ ਕੇ ਗਰਾਊਂਡ 'ਚ ਆ ਜਾਣ, ਆਪਾਂ ਟਾਈਆਂ ਪਾਉਣੀਆਂ ਸਾਰਿਆਂ ਦੇ ਸਾਹਮਣੇ, ਇਹ ਬੇਨਤੀ ਹੈ। ਬਾਕੀ ਕਹਿੰਦੇ ਵੀ ਪਤਾ ਨੀ ਕਿੰਨੀ ਕੁ ਮਿਹਨਤ ਕੀਤੀ ਆ ਪ੍ਰਬੰਧਕਾਂ ਨੇ, ਕਿਉਂਕਿ ਫੌਜੀ ਵਰਗੇ ਸੱਦਣੇ ਨਾਲ ਬੜੇ ਔਖੇ ਹੈ। ਬਲਜੀਤ ਵਰਗੇ ਪਰ ਫੌਜੀ ਕਹਿੰਦੇ ਨੇ ਵੀ ਜੱਟ ਕਬੱਡੀ ਨੂੰ ਪਿਆਰ ਕਰਦਾ, ਤੇ ਬਾਕੀ ਕਹਿੰਦੇ ਯਾਰੀ ਯਾਰੀ ਪਗਾਉਣ ਦੇ ਲਈ ਪੁੱਜਾ ਹੋਇਆ। ਆਪਾਂ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਹਾਂ, ਕਿਉਂਕਿ ਹਾਲੇ ਤੱਕ ਮੈਂ ਜਿੰਨੇ ਵੀ ਦੋ ਤਿੰਨ ਮੈਚ ਜਦੋਂ ਮੈਂ ਆਇਆ ਦੇਖਿਆ ਤੇ ਦੋਨਾਂ ਦੇ ਵਿੱਚ ਕਹਿੰਦੇ ਨੇ ਸਟਾਰ ਹੀ ਪੁੱਜੇ ਹੈ। ਪਹਿਲਾ ਰਾਊਂਡ ਬੇਸ਼ੱਕ ਕਹਿੰਦੇ ਨੇ ਵੀ ਕੁਝ ਹਲਕੀਆਂ ਟੀਮਾਂ ਹੁੰਦੀਆਂ ਹੈ, ਤੇ ਦੂਜੇ ਰਾਊਂਡ ਦੇ ਵਿੱਚ ਉਹ ਹੋਣਾ ਜਿਹਨੂੰ ਅੱਜ ਕੱਲ੍ਹ ਦੇ ਮੁੰਡੇ ਪਿੰਦਰਾ ਕੀ ਕਹਿੰਦੇ ਆ, ਸਿਰਾ ਸਿਰਾ ਹੋਣਾ ਅਗਲੇ ਰਾਊਂਡ ਦੇ ਵਿੱਚ। ਵਾਕਿਆ ਗੱਲ ਸਿਰੇ ਦੀ ਹੋ ਰਹੀ ਹੈ। ਉੱਧਰ ਸਰਦਾਰ ਸੂਬਾ ਸਿੰਘ ਜੀ ਵਕੀਲਾਂ ਵਾਲੇ ਪਿੰਡ ਤੋਂ ਆਪਣੇ ਮਿੱਤਰਾਂ ਦੇ ਨਾਲ ਪੁੱਜੇ ਹੈ, ਨਾਲ ਸਰ ਮੁਖਤਿਆਰ ਸਿੰਘ ਜੀ ਬਿਜਲੀ ਉਬਾਲੇ ਵਾਲੇ, ਪ੍ਰਧਾਨ ਸਾਹਿਬ ਬੰਡਾਲੇ ਵਾਲੇ, ਆਪਾਂ ਸਾਰਿਆਂ ਦਾ ਧੰਨਵਾਦ ਕਰਾਂਗੇ। ਲਓ ਕਬੱਡੀ ਦੇ ਮੈਦਾਨ ਦੇ ਵਿੱਚ ਮੈਚ ਆ ਵੀ ਸਿਰੇ ਦਾ ਹੀ ਸ਼ੁਰੂ ਹੋਣ ਜਾ ਰਿਹਾ। ਇੱਕ ਪਾਸੇ ਤਕਰੀਬਨ ਆਪਾਂ ਦੇਖਦੇ ਵੀ 4 ਕੁ ਸਾਲ ਤੋਂ ਮਿੱਤਰਾਂ ਦਾ ਕਲੱਬ ਹੋਂਦ ਦੇ ਵਿੱਚ ਆਇਆ ਹੈ। ਸੁਖਦੇਵ ਸਿੰਘ ਜੀ ਖੋਸਾ ਉਸ ਟੀਮ ਦੇ ਕਹਿੰਦੇ ਕਰਤਾ ਧਰਤਾ ਨੇ, ਹਰਪਾਲ ਸਿੰਘ ਜੀ ਪੰਡੂਰੀ ਜੱਟਾਂ ਵਾਲੇ, ਜਗਤਾਰ ਸਿੰਘ ਜੀ ਵਿਲਕਮ ਸਾਊਂਡ ਸਰਵਿਸ ਵਾਲੇ ਇਸ ਟੀਮ ਦੇ ਕਰਤਾ ਧਰਤਾ ਨੇ, ਆਪਾਂ ਧੰਨਵਾਦ ਕਰਾਂਗੇ ਇਹਨਾਂ ਭਰਾਵਾਂ ਦਾ। ਉੱਧਰ ਸੋਨੂ ਹੁਣੀ ਪਹੁੰਚ ਗਏ ਗਰਾਊਂਡ ਦੇ ਵਿੱਚ, ਮੈਚ ਇਹ ਵੀ ਸਿਰੇ ਦਾ ਖੇਡਿਆ ਜਾਣਾ ਹੈ। ਉੱਧਰ ਸੁਖਰਾਜ ਮੰਝਾਂ ਵਾਲੇ ਦਾ ਆਪਾਂ ਦਿਲੋਂ ਧੰਨਵਾਦ ਕਰਾਂਗੇ, ਜਿਹਨਾਂ ਨੇ ਕਬੱਡੀ 365 ਦੀ ਸੇਵਾ ਲਈ ਹੈ, ਆਪਾਂ ਉਹਨਾਂ ਦਾ ਵੀ ਧੰਨਵਾਦ ਕਰਾਂਗੇ। ਲਾਡੀ ਪੰਧੇਰ ਸੋਸਨ ਵਾਲਾ ਕੈਨੇਡਾ ਵਾਲਾ ਯਾਰ, ਉਹਦਾ ਵੀ ਧੰਨਵਾਦ ਹੈ। ਕਮਲ ਬਰਾੜ US 'ਚ ਬੈਠਾ, ਟੋਰੋਈ ਵਾਲਾ ਉਹਦਾ ਵੀਰ ਵੀ ਪੁੱਜਿਆ ਹੋਇਆ ਹੈ, ਉੱਥੇ ਲੱਖਾਂ ਪੜਾਣੇ ਵਾਲਾ ਟੋਰਾਂਟੋ 'ਚ ਬੈਠਾ ਹੈ, ਯੋ
ਉਹਦਾ ਲੋਹਾਰੇ ਦੇ ਵਿੱਚ ਹੈ ਕਹਿੰਦੇ ਇਟਲੀ ਦੇ ਵਿੱਚ ਬੈਠਾ ਲੋਹਾਰੇ ਵਾਲਾ ਆਪਾਂ ਸਾਰਿਆਂ ਦਾ ਧੰਨਵਾਦ ਕਰਾਂਗੇ ਉਧਰ ਗੁਰਪ੍ਰੀਤ ਸਿੰਘ ਜੀ ਪ੍ਰਧਾਨ ਤੇ ਬਾਈ ਸਰਬਜੀਤ ਓੜੇ ਉਹਨਾਂ ਦੇ ਨਾਲ ਬਲਵੀਰ ਸਿੰਘ ਜੀ ਬਾਈ ਨਿਰਮਲ ਓੜੇ ਦ੍ਰਿਸ਼ ਅਲੀ ਓੜੇ ਪੁੱਜੇ ਹੋਏ ਹੈ ਆਪਾਂ ਉਹਨਾਂ ਦਾ ਦਿਲੋਂ ਧੰਨਵਾਦ ਕਰਾਂਗੇ ਆਹ ਮੁੰਡੇ ਦਾ ਪਿੰਡ ਧੌਲਾ ਹੈ ਲਓ ਦੇਖੋ ਜਗਪਾਲ ਸਿੰਘ ਨਾਮ ਹੈ ਪਰ ਦੂਸਰੇ ਪਾਸੇ ਦੇਖੋ ਨੌਜਵਾਨ ਪ੍ਰੀਤ ਤੇ ਆਹ ਮੁੰਡੇ ਨੇ ਕੱਲ ਸਿਰੇ ਦੀਆਂ ਕਬੱਡੀਆਂ ਪਾਈਆਂ ਮੇਲਾ ਲੁੱਟਿਆ ਵਾਹ ਪਿੰਡ ਦਾ ਲਓ ਦੇਖੋ ਸਾਹਮਣੇ ਚੀਮਾ ਯੋਧਪੁਰ ਦੀ ਟੀਮ ਉਸ ਮੇਲੇ ਦੀ ਦੋ ਨੰਬਰ ਤੇ ਰਹਿਣ ਵਾਲੀ ਟੀਮ ਰਹੀ ਕਿਉਂਕਿ ਪੰਜ ਗ੍ਰਾਈ ਟੀਮ ਨੇ ਫਸਟ ਪ੍ਰਾਈਜ਼ ਹਾਸਲ ਕੀਤਾ ਹੈ ਲਓ ਦੇਖੋ ਕਬੱਡੀ ਦੇ ਮੈਦਾਨ ਦੇ ਵਿੱਚ ਆਹ ਮੁੰਡੇ ਦਾ ਨਾਮ ਗੁਰਜੰਟ ਸਿੰਘ ਹੈ ਕਹਿੰਦੇ 2017 ਦੇ ਚੜ੍ਹਦੇ ਸਾਲ ਦੇ ਵਿੱਚ ਸੁਖਦੇਵ ਸਿੰਘ ਜੀ ਖੋਸਾ ਸਾਹਿਬ ਉਹਨਾਂ ਨੇ ਹਰਪਾਲ ਸਿੰਘ ਨੇ ਐਲਾਨ ਕੀਤਾ ਕਿ ਮੁੰਡੇ ਦਾ ਮੋਟਰਸਾਈਕਲ ਦੇ ਨਾਲ ਮਾਨ ਸਨਮਾਨ ਕੀਤਾ ਹੈ ਕੀਤਾ ਜਾਣਾ ਹੈ ਔਰ ਨਾਲ ਬਾਈ ਗੁਰਪ੍ਰੀਤ ਹੋਣੀ ਕਹਿੰਦੇ ਬਰਨਾਲੇ ਵਾਲੇ ਵੀ ਇਸ ਨੌਜਵਾਨ ਨੂੰ ਵਾਸ਼ਿੰਗ ਮਸ਼ੀਨ ਦੇ ਨਾਲ ਮਾਨ ਸਨਮਾਨ ਕੀਤੇ ਜਾਣੇ ਹੈ ਆਪਾਂ ਦਿਲੋਂ ਧੰਨਵਾਦ ਕਰਾਂਗੇ ਇੱਕ ਪਾਸੇ ਫੌਜੀ ਤੇ ਦੂਸਰੇ ਪਾਸੇ ਦੇਖੋ ਫੌਜੀ ਦਾ ਵੀਰ ਵਾਹ ਓਏ ਨੌਜਵਾਨਾਂ ਮੈਚ ਸਿਰੇ ਦਾ ਖੇਡਿਆ ਜਾ ਰਿਹਾ ਹੈ ਦੋ ਟੀਮਾਂ ਦੇ ਦਰਮਿਆਨ ਲੈ ਵੀ ਅਮਰੀਕ ਸਿੰਘ ਖੇਡ ਦੇ ਮੈਦਾਨ ਦੇ ਵਿੱਚ ਹੁਣ ਆਪਾਂ ਗੱਲ ਕਰ ਰਹੇ ਹਾਂ ਪਈ ਹੋਈ ਕਬੱਡੀ ਦੀ ਬਲਜੀਤ ਕਾਲੋ ਵਾਲੇ ਦੀ ਮੁੰਡਾ ਬਠਿੰਡੇ ਦਾ ਬਠਿੰਡਵੀ ਤੇ ਮੈਨੂੰ ਕਹਿੰਦਾ ਹਾਏ ਡਿਸਕੋ ਜਿਹੜਾ ਪਿੰਡ ਕਹਿੰਦੇ ਵੀ ਇਹ ਨੌਜਵਾਨ ਦਾ ਤਾਲੋ ਕੇ ਪਿੰਡ ਦੇ ਬਲਜੀਤ ਸਿੰਘ ਨਾਮ ਹੈ ਬੇਅੰਤ ਸਿੰਘ ਫੌਜੀ ਦੀ ਸੋਚ ਸੀਗੀ ਵੀ ਮੇਰਾ ਪੁੱਤ ਫੌਜੀ ਬਣੇ ਕਿਉਂਕਿ ਬਾਪ ਕਹਿੰਦੇ ਫੌਜ ਦੇ ਵਿੱਚ ਰਿਹਾ ਤੇ ਲਓ ਸਾਹਮਣੇ ਮੁੰਡੇ ਨੂੰ ਡਾਕਟਰ ਕਹਿੰਦੇ ਆ ਇਹ ਹੈ ਡਾਕਟਰ ਬਲਜੀਤ ਸਿੰਘ ਤਾਲੋਕੇ ਵਾਲਾ ਹੈ ਜਿਹਨੇ ਵੱਧ ਕੇ ਕਬੱਡੀ ਪਾਈ ਹੋਈ ਹੈ ਚਾਰ ਜਾਫੀਆਂ ਦੇ ਚੌਂ ਦੇ ਵਿੱਚੋਂ ਕਿਸ ਗੱਭਰੂ ਨੇ ਜੱਫਾ ਲਾ ਕੇ ਬੱਲੇ ਬੱਲੇ ਕਰਵਾਉਣੀ ਆਪਣੀ ਟੀਮ ਦੇ ਲਈ ਇੱਕ ਪਾਸੇ ਜੀਰਾ ਹੈ ਤੇ ਆਹ ਕਹਿੰਦੇ ਅਮਰੀਕ ਸਿੰਘ ਨੌਜਵਾਨ ਡੋਲੇ ਵਾਲੀਆਂ ਟਰਾਈ ਕਰਦਾ ਖੇਡ ਗਰਾਊਂਡ ਦੇ ਵਿੱਚ ਤੇ ਦੂਜੇ ਪਾਸੇ ਕਹਿੰਦੇ ਡਾਕਟਰ ਬਲਜੀਤ ਸਿੰਘ ਤਾਲੋਕੇ ਪਿੰਡ ਵਾਲਾ ਇਹ ਆ ਮੁੰਡਾ ਬਠਿੰਡੇ ਵਾਲਾ ਬਠਿੰਡੇ ਵਾਲਾ ਡਾਕਟਰ ਬਲਜੀਤ ਸਿੰਘ ਬਹੁਤ ਸੋਹਣੇ ਪੁਆਇੰਟ ਦਾ ਵਾਧਾ ਕਰਦਾ ਆਪਣੀ ਟੀਮ ਦੇ ਲਈ ਸੋਨੂੰ ਪਾ ਵੀ ਕਬੱਡੀ ਨੌਜਵਾਨ ਹੈ ਇਹ ਆ ਕਹਿੰਦੇ ਸੋਨੂੰ ਨੌਜਵਾਨ ਫ੍ਰੈਂਡਸ ਕਲੱਬ ਜੀਰਾ ਦੀ ਟੀਮ ਦਾ ਖਿਡਾਰੀ ਕਬੱਡੀ ਪਾਉਣ ਦੇ ਲਈ ਬੰਧਿਆ ਹੋਇਆ ਸਾਹਮਣੇ ਚਾਰ ਜਾਫੀ ਖੜੇ ਹੈ ਦੋ ਨੰਬਰ ਤੇ ਕਹਿੰਦੇ ਨੌਜਵਾਨ ਕਾਕਾ ਹੈ ਤੇ ਕਾਲੀ ਨੀਕਰ ਦੇ ਵਿੱਚ ਵਿੱਕੀ ਨੌਜਵਾਨ ਖਾਰੇ ਵਾਲਾ ਹੈ ਤੇ ਨਾਲ ਕਹਿੰਦੇ ਫੌਜੀ ਨੂੰ ਦੁਨੀਆ ਜਾਣਦੀ ਹੈ ਹੁਣ ਚੌਂ ਦੇ ਵਿੱਚੋਂ ਕਹਿੰਦੇ ਖਾਰੇ ਵਾਲੇ ਮੁੰਡੇ ਦੀ ਟਰਾਈ ਕੀਤੀ ਹੋਈ ਹੈ ਮੈਨੂੰ ਲੱਗਦਾ ਫਸ ਗਿਆ ਤੰਦੂਰ ਚ ਮਿਲਾ ਉਹ ਸਾਹਮਣੇ ਕਹਿੰਦੇ ਕੈਂਚੀ ਲੱਗੀ ਆ ਐਂਡ ਗੱਭਰੂ ਖਿੱਚੀ ਆਉਂਦਾ ਦੇਖੋ ਮਹਿਣੇ ਵਾਲਾ ਜਸਵੀਰ ਕਰੂ ਫੈਸਲਾ ਵੀ ਪੁਆਇੰਟ ਖਾਰੇ ਵਾਲੇ ਮੁੰਡੇ ਦਾ ਹੈ ਵੀ ਜੋਧਪੁਰ ਚੀਮਿਆਂ ਦੀ ਟੀਮ ਦੇ ਹਿੱਸੇ ਬੜਾ ਸੁੰਦਰ ਅੰਕ ਜੁੜਦਾ ਹੋਇਆ ਖੇਡ ਮੈਦਾਨ ਦੇ ਵਿੱਚ ਬੰਟੀ ਸੋਸਣ ਜੀ ਸਾਡੇ ਸਤਿਕਾਰ ਦੇ ਯੋਗ ਵੀਰ ਹੈ ਲਾਡੀ ਭੰਦੇਰ ਕਹਿੰਦੇ ਐਮਸ ਫੋਰਟ ਦੇ ਵਿੱਚ ਰਹਿੰਦਾ ਉਹਨਾਂ ਦੇ ਵੱਡੇ ਯੋਗਦਾਨ ਹੈ ਅੱਜ ਦੇ ਇਸ ਮੇਲੇ ਦੇ ਲਈ ਜਿੰਨੇ ਰੈਫਰੀ ਹੈ ਜਿੰਨੇ ਕਮੈਂਟਰ ਭਾਵੇਂ 25,000 ਲੱਗ ਜੇ ਭਾਵੇਂ 30 ਲੱਗ ਜੇ ਭਾਵੇਂ ਲੱਗ ਜੇ 35 ਉਹ ਸਾਰਾ ਕਹਿੰਦੇ ਲਾਡੀ ਭੰਦੇਰ ਵੱਲੋਂ ਹੀ ਹੈ ਆਖਿਆ ਸੀ ਵੀ ਸਾਰੇ ਪੰਜਾਬ ਦੇ ਕਮੈਂਟਰ ਭਾਵੇਂ ਤੁਸੀਂ ਸੱਦ ਲਓ ਦੇਖੀ ਜਾਓ ਜੋ ਹੋਊ ਨਿਪੜਾਂਗੇ ਪਰ ਇੱਧਰ ਦੇਖੋ ਸਾਹਮਣੇ ਕਿਉਂਕਿ ਧਰਤੀ ਹੈ ਨਾ ਬਾਬਾ ਹਾਮੂ ਸ਼ਾਹ ਜੀ ਦੀ ਬਹੁਤ ਵੱਡੀ ਮਿਹਰ ਹੈ ਗ੍ਰਾਮ ਪੰਚਾਇਤ ਦਾ ਧੰਨਵਾਦ ਹੈ ਸਾਰੇ ਪ੍ਰਬੰਧਕ ਵੀਰਾਂ ਦਾ ਧੰਨਵਾਦ ਹੈ ਤੇ ਸਾਰੇ ਨਗਰ ਨੂੰ ਮੁਬਾਰਕਬਾਦ ਹੈ ਅੱਜ ਦੇ ਦਿਨ ਦੀ ਵੀ ਟੀਮਾਂ ਵੀ ਸਿਰੇ ਦੀਆਂ ਪ੍ਰਬੰਧ ਵੀ ਸਿਰੇ ਦੇ ਹੈ ਕਿਉਂਕਿ ਕਲਸੀ ਵਰਗੇ ਯਾਰ ਸਾਡੇ ਵੱਡੇ ਮੇਲਿਆਂ ਦੇ ਪੁੱਜਦੇ ਆ ਤੇ ਉਹ ਕਹਿੰਦੇ ਕਲਸੀ ਕਹਿੰਦੇ ਮੱਝ ਦੀ ਸ਼ਾਨ ਉਹ ਵੀ ਨੌਜਵਾਨ ਪੁੱਜਾ ਆ ਕਿਉਂਕਿ ਜੁੰਡੀ ਦੀ ਯਾਰੀ ਆ ਬਾਈ ਹੁਣਿਆਂ ਦੇ ਨਾਲ ਆਪਾਂ ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਬੂਟੇ ਹੁਣਿਆਂ ਦੇ ਨਾਲ ਇਹਨਾਂ ਪ੍ਰਬੰਧਕਾਂ ਦੇ ਨਾਲ ਭਰਾਵਾਂ ਤੋਂ ਵੱਧ ਪਿਆਰ ਹੈ ਪਰ ਇੱਧਰ ਕਹਿੰਦੇ ਗੋਲਡੀ ਜੀਰੇ ਵਾਲਾ ਬਹੁਤ ਸੋਹਣਾ ਪੁਆਇੰਟ ਜੋੜਦਾ ਆਪਣੀ ਟੀਮ ਦੇ ਲਈ ਗੋਲਡੀ ਜੀਰੇ ਵਾਲਾ ਇੱਕ ਪਾਸੇ ਜੀਰਾ ਤੇ ਦੂਜੇ ਪਾਸੇ ਜੋਧਪੁਰ ਚੀਮੇ ਦੀ ਟੀਮ ਜਿਹੜੀ ਬਰਨਾਲੇ ਦੀ ਟੀਮ ਹੈ ਜਦੋਂ ਆਪਾਂ ਮੋਗੇ ਤੋਂ ਜਾਂਦੇ ਨਾ ਉੱਧਰ ਬਰਨਾਲੇ ਵਾਲੇ ਪਾਸੇ ਤੇ ਬਰਨਾਲੇ ਤੋਂ ਆਪਾਂ ਪੱਖੋ ਕੈਂਚੀਆਂ ਪਾਰ ਕਰਕੇ ਜਾਂਦੇ ਸਿੱਧਾ ਤਪੇ ਨੂੰ ਤੇ ਤਪੇ ਦੇ ਲਾਗੇ 3 ਕਿਲੋਮੀਟਰ ਦੀ ਦੂਰੀ ਤੇ ਇੱਕ ਕਹਿੰਦੇ ਰੋਡ ਦੇ ਉੱਪਰ ਉੱਗੋ ਕੇ ਪਿੰਡ ਆਉਂਦਾ ਹੈ ਉੱਗੇ ਕੋ ਦੇ ਸੱਜੇ ਪਾਸੇ ਕਹਿੰਦੇ ਵੀ ਮੌੜ ਨਾਭਾ ਪਿੰਡ ਹੈ ਖੱਬੇ ਪਾਸੇ ਕਹਿੰਦੇ ਗੁਰਦੁਆਰਾ ਸਾਹਿਬ ਦੇ ਨਾਲ ਦੀ ਸੜਕ ਸਿੱਧੀ ਜੋਧਪੁਰ ਚੀਮਿਆਂ ਨੂੰ ਜਾਂਦੀ ਹੈ ਇਹ ਜੋਧਪੁਰ ਚੀਮਿਆਂ ਦੀ ਟੀਮ ਦਾ ਖਿਡਾਰੀ ਕਬੱਡੀ ਪਾ ਰਿਹਾ ਪਰ ਇਹ ਨੌਜਵਾਨ ਦਾ ਕਹਿੰਦੇ ਜਗਪਾਲ ਸਿੰਘ ਨਾਮ ਹੈ ਤੇ ਧੌਲਾ ਪਿੰਡ ਹੈ ਉਹੀ ਏਰੀਆ ਜਿਹੜਾ ਇਹਦਾ ਏਰੀਆ ਫੌਜੀ ਦਾ ਨਾ ਇਹ ਮੁੰਡਾ ਬਰਨਾਲੇ ਵਾਲਾ ਜਗਪਾਲ ਧੌਲੇ ਦੀ ਧਰਤੀ ਦਾ ਪੁਆਇੰਟ ਜੋਧਪੁਰ ਦੀ ਟੀਮ ਦੇ ਲਈ ਜੋੜਦਾ ਹੋਇਆ ਖੇਡ ਮੈਦਾਨ ਦੇ ਵਿੱਚ ਲੈ ਵੀ ਗੁਰਚਰਨ ਸਿੰਘ ਕਰਖਾ ਗੱਲ ਕੋਈ ਮੁੰਡੇ ਦੀ ਲਓ ਦੇਖੋ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਮੈਚ ਸਿਰੇ ਦਾ ਖੇਡਿਆ ਜਾ ਰਿਹਾ ਹੈ ਇਹਦਾ ਵੀਰ ਨੇ ਪਹਿਲਾਂ ਦੱਸਿਆ ਉਧਰ ਸੰਦੀਪ ਨੇ ਕਹਿੰਦੇ ਕਬੱਡੀ ਦੇ ਵਿੱਚ ਵੀ ਆਪਣਾ ਤਹਿਲਕਾ ਮਚਾਇਆ ਪਰ ਕੋਚ ਵੀ ਹੈ ਸੀਪਾ ਆਪਾਂ ਧੰਨਵਾਦ ਕਰਾਂਗੇ ਇਸ ਵੀਰ ਦਾ ਉਧਰ ਸਾਡੇ ਜਿੰਨੇ ਇਸ ਨਗਰ ਦੇ ਸਤਿਕਾਰਯੋਗ ਵੀਰ ਨੇ ਸਰਦਾਰ ਬੇਅੰਤ ਸਿੰਘ ਜੀ ਸਰਪੰਚ ਸਾਹਿਬ ਹੁੱਕਾ ਪ੍ਰਧਾਨ ਜੀ ਸਾਡੇ ਦਰਸ਼ਨ ਸਿੰਘ ਜੀ ਸੰਧੂ ਸਾਹਿਬ ਡਾਕਟਰ ਕਿੱਕਰ ਸਿੰਘ ਜੀ ਉਹਨਾਂ ਦਾ ਧੰਨਵਾਦ ਹੈ ਜੋਗਿੰਦਰ ਸਿੰਘ ਜੀ ਸੈਕਟਰੀ ਸਾਹਿਬ ਬਾਬਾ ਬਲਦੇਵ ਸਿੰਘ ਜੀ ਲੰਗਰਾਂ ਦੀ ਸੇਵਾ ਚਲਾ ਰਹੇ ਨੇ ਜਗਰੂਪ ਸਿੰਘ ਜੀ ਸੰਧੂ ਨਾਇਬ ਸਿੰਘ ਜੀ ਸੰਧੂ
ਸੁਭਾਸ਼ ਸਿੰਘ ਜੀ ਵਿਰਕ ਸਬੂ ਨਗਰ ਪੰਚਾਇਤ ਤੇ ਗਿੰਦਰ ਮੇਸਤਰੀ ਉਹਨਾਂ ਦਾ ਧੰਨਵਾਦ ਹੈ। ਲਓ ਇੱਧਰ ਸਾਹਮਣੇ ਦੇਖੋ ਨੌਜਵਾਨ ਗੱਭਰੂ ਦੀ ਪਾਈ ਹੋਈ ਕਬੱਡੀ, ਉੱਧਰ ਯੋਧਪੁਰ ਚੀਮਿਆਂ ਵਾਲਾ ਨੌਜਵਾਨ ਹੈ ਪਰ ਇੱਧਰ ਮੀਕ ਤੌਲੇ ਵਾਲੇ ਦਾ ਤੇ ਸੰਦੀਪ ਸਾਹਮਣੇ ਦੇਖੋ ਖੇਡਦੇ ਮੈਦਾਨ ਦੇ ਵਿੱਚ ਦੋ ਨੰਬਰ ਤੋਂ ਕਹਿੰਦੇ ਇਕੱਤਰ ਸਿੰਘ ਦੇ ਪੁੱਤਰ ਦੀ ਟਰਾਈ ਆ ਬੱਲੇ ਬੱਲੇ ਹੋ ਰਹੀ ਹੈ। ਉੱਧਰ ਦੇਖੋ ਸਾਹਮਣੇ ਗੁੱਟ ਫੜ ਕੇ ਜਰਤੇ ਜਿੰਦਰ ਹੁਣ ਹੱਥ ਛੁਡਾਵੇ ਨਾ ਇਹ ਮਾਰ ਸੋਹਣਿਆ ਕੈਂਚੀ ਵੀ ਰੇਡਰ ਸੁੱਕਾ ਜਾਵੇ ਨਾ ਉਹ ਮਾਰ ਸੋਹਣਿਆ ਕੈਂਚੀ ਰੇਡਰ ਸੁੱਕਾ ਜਾਵੇ ਨਾ। ਉੱਧਰ ਖਤਰੇ ਦਾ ਧੁੱਗੂ ਬੋਲ ਗਿਆ ਜੱਫਾ ਕਹਿੰਦੇ ਜੀਰਿਆਂ ਨੇ ਲਾਇਆ ਤੇ ਪੂਰਾ ਟਿਕਾ ਕੇ ਲਾਇਆ। ਲਓ ਵੀ ਸਾਹਮਣੇ ਦੇਖੋ ਸੋਨੂ ਵੀ ਕਬੱਡੀ ਹੈ। ਲਓ ਵੀ ਚੀਮਿਆਂ ਵਾਲਿਓ ਤੁਸੀਂ ਵੀ ਆਪਣੇ ਆਪ ਨੂੰ ਖੱਬੀ ਖਾਨ ਕਹਾਉਣੇ ਹੋ, ਲੈ ਵੀ ਫੌਜੀ ਉਹਨਾਂ ਨੇ ਤੁਹਾਡਾ ਢਾਇਆ ਤੇ ਆਹ ਹੁਣ ਮੁੰਡਾ ਸੁੱਕਾ ਨਾ ਜਾਵੇ ਸਵਾਰ ਤਾਂ ਜੇ ਢਾ ਕੇ ਵੀ ਹਿੱਕ ਤੇ ਬਹਿੰਦੇ ਹੋ। ਵਾਕਈ ਕਹਿੰਦੇ ਕਬੱਡੀ ਦਾ ਸਿਰਾ ਹੋ ਗਿਆ ਜੰਗੀ ਵਾਲੇ ਪਿੰਡ ਦਾ, ਕਹਿੰਦੇ ਗੁਰਪ੍ਰੀਤ ਸਿੰਘ ਵੀ ਪੁੱਜ ਗਿਆ। ਵਾਕਈ ਕਬੱਡੀ ਦਾ ਸਿਰਾ ਹੋ ਗਿਆ ਤੇ ਉਮਰੀਆਂ ਵਾਲਿਓ ਮੇਲਾ ਤੁਹਾਡਾ ਸਫਲ ਹੋ ਗਿਆ ਵੀ ਏਡੇ ਤਕੜੇ ਏਡੇ ਸਿਰੇ ਦੇ ਪਲੇਅਰ ਸੱਦਣੇ ਬਹੁਤ ਔਖੇ ਹੈ, ਮੇਲਾ ਜਿਹੜਾ ਤੁਹਾਡਾ ਸਫਲ ਹੋ ਗਿਆ, ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਲੰਬੀਆਂ ਉਮਰਾਂ ਦੇਵੇ। ਵਾਕਈ ਕਹਿੰਦੇ ਸੱਦਣ ਵਾਲੀਆਂ ਟੀਮਾਂ ਦੇ ਇੱਕ ਕੰਡਲਾ ਹੀ ਕੱਢਿਆ ਪੈਂਦਾ, ਦਿਲੋਂ ਧੰਨਵਾਦ ਹੈ। ਮੈਂ ਵੀ ਜਗਪਾਲ ਪਾ ਵੀ ਕਬੱਡੀ ਧੌਲੇ ਪਿੰਡ ਦਾ ਜਗਪਾਲ ਸਿੰਘ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ, ਉਹ ਧੌਲੇ ਵਾਲੇ ਜਗਪਾਲ ਦੀ ਕਬੱਡੀ ਹੈ। ਇਹ ਧੌਲਾ ਧੁਰਸੋ ਢਿੱਲਵਾਂ ਕਹਿੰਦੇ ਮਸ਼ਹੂਰ ਪਿੰਡ ਹੈ ਬਰਨਾਲੇ ਦੇ ਤੇ ਸਾਰੇ ਕਹਿੰਦੇ ਲਾਗੇ ਲਾਗੇ ਪਿੰਡ ਹੈ ਧੌਲੇ ਵਾਲੇ ਜਗਪਾਲ ਦੀ ਕਬੱਡੀ ਤੇ ਚਾਰ ਜਾਫੀ ਉਹੀ ਕਹਿੰਦੇ ਜਾਫੀ ਜਿਹਨੇ ਪਹਿਲਾਂ ਜੱਫਾ ਲਾਇਆ ਜਿਵੇਂ ਜਗਦੇਵ ਕਲਾਂ ਪਿੰਡ ਦਾ ਹਾਸ਼ਮ ਸ਼ਾਹ ਜਿਹਨੇ ਸੱਸੀ ਲਿਖੀ ਉਹਨੇ ਗੱਲ ਕੀਤੀ ਸੀ ਵੀ ਹਾਸ਼ਮ ਫਤਿਹ ਨਸੀਬ ਤਿੰਨਾ ਜਿੰਨਾ ਹਿੰਮਤ ਯਾਰ ਬਣਾਈ ਕਿ ਹਾਸ਼ਮ ਫਤਿਹ ਨਸੀਬ ਤਿੰਨਾ ਜਿੰਨਾ ਹਿੰਮਤ ਯਾਰ ਬਣਾਈ। ਉੱਧਰ ਸਾਹਮਣੇ ਪਾਈ ਹੋਈ ਕਬੱਡੀ, ਉੱਧਰ ਦੋ ਕਹਿੰਦੇ ਫੋਲ ਟਰੈਕਟਰਾਂ ਦਾ ਜੇਤੂ ਹੈ ਜੰਬੋ ਜੱਟ ਪੰਜ ਗਰਾਈ ਵਾਲਾ, ਉਹ ਵੀ ਪੁੱਜਿਆ ਇੱਕ ਵਾਰੀ ਦਰਸ਼ ਵੀਰੋ ਤਾੜੀਆਂ ਜ਼ਰੂਰ ਮਾਰ ਦਿਓ ਸਾਰੇ ਖਿਡਾਰੀਆਂ ਦੇ ਲਈ ਕਿਉਂਕਿ ਜਿੰਨੇ ਪਲੇਅਰ ਪੁੱਜੇ ਸਾਰੇ ਸਿਰੇ ਦੇ ਪੁੱਜੇ ਹੈ ਤੇ ਪ੍ਰਬੰਧ ਵੀ ਜਿੱਦਾਂ ਅਮਰੀਕ ਨੇ ਦੱਸਿਆ ਸਿਰੇ ਦੇ ਹੈ। ਉੱਧਰ ਸਾਹਮਣੇ ਗੋਲਡੀ ਦੀ ਕਬੱਡੀ ਹੈ, ਇਸ ਨੌਜਵਾਨ ਦਾ ਵੀ ਕਹਿੰਦੇ ਬੁਲਟ ਮੋਟਰਸਾਈਕਲ ਦੇ ਨਾਲ ਮਾਨ ਸਨਮਾਨ ਹੈ। ਇਹ ਫਰੈਂਡ ਕਬੱਡੀ ਕਲੱਬ ਜੀਰੇ ਦੀ ਟੀਮ ਦਾ ਇੱਕ ਹਿੱਸਾ ਬਣਿਆ ਹੋਇਆ ਹੈ। ਉੱਧਰ ਜੰਗੀਆਣੇ ਵਾਲਾ, ਸੇਵਕ ਡੱਗੋਰ ਵਾਣੇ ਵਾਲਾ, ਵਰਿੰਦਰ ਦੌਦਰ ਵਾਲੇ ਉਹਨਾਂ ਦੀ ਤੇ ਸੋਨੀ ਉਹਨਾਂ ਦੀ ਕਹਿੰਦੇ ਤੂਤੀ ਬੋਲਦੀ ਵਕੀਲਾਂ ਵਾਲੇ ਦੇ ਬਿੱਲੇ ਉਹਨਾਂ ਨੇ ਵੀ ਕਹਿੰਦੇ ਗੱਲ ਕਰਨੀ ਹੈ ਕਿਉਂਕਿ ਸੋਨੀ ਵੀ ਪੁੱਜਿਆ, ਬਿੱਲਾ ਗਗਰੇ ਵਾਲਾ ਵੀ ਪੁੱਜਿਆ। ਉੱਥੇ ਆਪਾਂ ਸਰਬਜੀਤ ਸਿੰਘ ਜੀ ਸਾਬਕਾ ਸਰਪੰਚ ਤੇ ਜਵਾਹਰ ਲਾਲ ਨਹਿਰੂ ਮੈਂਬਰ ਸਾਹਿਬ, ਅਜੈਬ ਸਿੰਘ ਜੀ ਬੱਗੜ ਤੇ ਪ੍ਰਿਤਪਾਲ ਸਿੰਘ ਜੀ ਗਾਦਰੀ ਵਾਲੇ ਪਿੰਡ ਦੇ ਸੱਜਣਾਂ ਦਾ ਦਿਲੋਂ ਧੰਨਵਾਦ ਕਰਾਂਗੇ ਜਿਹਨਾਂ ਨੇ ਤਿੰਨ ਬੁਲਾਰੇ ਬੂਟਾ ਉਮਰੀਆਣਾ ਸੁਨੇਹਾਂ ਦੇ ਗੁਰਚਰਨ ਸਿੰਘ ਤੇ ਰਾਜਮੇਰ ਸਿੰਘ ਵਾਲੇ ਦੇ ਲਈ ਕਹਿੰਦੇ ਆਉਣ ਵਾਲੇ ਟੂਰਨਾਮੈਂਟ ਦੇ ਉੱਤੇ ਫਰਿੱਜਾਂ ਦੇ ਨਾਲ ਮਾਨ ਸਨਮਾਨ ਕਰ ਰਹੇ ਹੈ, ਅਸੀਂ ਦਿਲੋਂ ਧੰਨਵਾਦ ਕਰਾਂਗੇ। ਸਾਡੇ ਬਾਈ ਗੁਰਪ੍ਰੀਤ ਸਿੰਘ ਜੀ ਪ੍ਰਧਾਨ, ਸਰਬਜੀਤ ਸਿੰਘ ਜੀ ਪ੍ਰਧਾਨ ਗਾਦੜੀ ਵਾਲਾ, ਦਰੀਸ਼ ਛੱਲੀ ਜੀ, ਭਾਈ ਬਲਵੀਰ ਸਿੰਘ ਜੀ ਮੈਂਬਰ, ਗੁਰਪ੍ਰੀਤ ਡਗਰੂ ਸ਼ੀਰਾ ਸਾਡਾ ਯਾਰ ਡਗਰੂ ਵਾਲਾ ਪੁੱਜਿਆ ਹੈ ਤੇ ਨਾਲ ਅਸੀਂ ਧੰਨਵਾਦ ਕਰਾਂਗੇ ਨਿਰਮਲ ਸਿੰਘ ਜੀ ਮੈਂਬਰ ਸਾਹਿਬ ਉਹਨਾਂ ਦਾ। ਇੱਧਰ ਸਾਹਮਣੇ ਦੇਖੋ ਇੱਕ ਪਾਸੇ ਮਿੱਤਰਾਂ ਦੀ ਟੀਮ ਹੈ, ਆਹ ਮੁੰਡਾ ਯੰਟਾ ਜਿਸ ਗੱਭਰੂ ਦੇ ਕਹਿੰਦੇ ਦੋ ਮਾਨ ਸਨਮਾਨ 2017 ਦੇ ਵਿੱਚ ਕੀਤੇ ਜਾਣੇ ਹੈ। ਇਹ ਮਾਨ ਰੋ ਫਰੈਂਡ ਕਲੱਬ ਜੀਰੇ ਦੀ ਟੀਮ ਦਾ ਹਿੱਸਾ ਬਣਨ ਵਾਲੇ ਖਿਡਾਰੀਆਂ ਦੇ ਉੱਤੇ ਲਓ ਜਗਪਾਲ ਧੌਲੇ ਪਿੰਡ ਦਾ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ। ਲੈ ਵੀ ਸੀਪਿਆ ਜਾਂ ਤਾਂ ਮੂਹਰੇ ਹੋ ਜਾ ਤੂੰ ਤੇ ਜਾਂ ਫਿਰ ਇਕੱਤਰ ਸਿੰਘ ਦੇ ਪੁੱਤਰ ਨੂੰ ਕਹਿ ਦੇ ਵੀ ਨੌਜਵਾਨਾਂ ਇੱਕ ਖਰਾ ਜਿਹਾ ਜੱਫਾ ਲਾ ਕੇ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਵੱਸਦਾ। ਆਓ ਦੇਖੋ ਸਾਹਮਣੇ ਪਾਈ ਹੋਈ ਕਬੱਡੀ, ਇੱਕ ਪਾਸੇ ਧੌਲੇ ਵਾਲੀ ਆ ਤੇ ਦੋ ਨੰਬਰ ਤੇ ਸੀਪਾ, ਪਰ ਆਹ ਮੁੰਡਾ ਪ੍ਰੀਤ ਹੈ। ਆਓ ਦੇਖੋ ਸਾਹਮਣੇ ਮੁੰਡਾ ਪਿੱਛਾ ਕਰਦਾ ਹੈ ਪਰ ਨੰਬਰ ਜਗਪਾਲ ਨੇ ਆਪਣੀ ਟੀਮ ਦੇ ਹਿੱਸੇ ਜੋੜਿਆ ਹੈ। ਛੱਲ ਵੀ ਨੌਜਵਾਨਾਂ ਪਾ ਵੀ ਸੋਨੂ ਕਬੱਡੀ, ਮੈਂ ਵੀ ਅਮਰੀਕ ਵੀਰ ਆਹ ਮੁੰਡੇ ਦੀ ਛੇੜ ਕਹਾਣੀ ਹੁਣ ਕਬੱਡੀ ਦੀ। ਇੱਧਰ ਸੋਨੂ ਦੀ ਇਸ ਵੇਲੇ ਕਬੱਡੀ ਫਿਰ ਖੇਡ ਮੈਦਾਨ ਦੇ ਵਿੱਚ, ਉੱਥੇ ਕਹਿੰਦੇ ਵੀ ਅੱਜ ਇੱਥੇ ਪੂਰੇ ਪੰਜਾਬ ਦੀ ਪੂਰੀ ਦੁਨੀਆ ਦੀ ਸਿਰੇ ਦੀ ਵੈਬਸਾਈਟ ਹੈ kabaddi365.com, ਉਹ ਇਹ ਮੇਲੇ ਨੂੰ ਲਾਈਵ ਕਰ ਰਹੀ ਹੈ ਤੇ ਉੱਥੇ ਕਹਿੰਦੇ ਜੋ ਕਬੱਡੀ ਦੇ ਫੇਸਬੁੱਕ ਦੇ ਉੱਪਰ ਪੇਜ ਬਣੇ ਹੋਏ ਹੈ ਉਹ ਵੱਖ ਵੱਖ ਪੇਜਾਂ ਤੋਂ ਵੀਰ ਪੁੱਜੇ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦੇ ਹੈ। ਜਿਹਨੇ ਵੀ ਮਿੱਤਰ ਪੁੱਜੇ ਹਰਜੀਤ ਭਦੌੜ ਵਾਲਾ ਕਹਿੰਦੇ ਵੀ ਕਬੱਡੀ ਜੰਕਸ਼ਨ ਤੋਂ ਪੁੱਜਾ ਹੋਇਆ ਹੈ, ਕਬੱਡੀ ਨਿਊਜ਼ ਤੋਂ ਕਹਿੰਦੇ ਗੁਰਪ੍ਰੀਤ ਪੁੱਜਾ ਹੋਇਆ ਹੈ ਤੇ ਇੱਧਰ ਸੀਰਾ ਸਾਡਾ ਵੀਰ ਉਸ ਵੀਰ ਦਾ ਵੀ ਧੰਨਵਾਦ ਹੈ ਜਿਹਨੇ ਵੀ ਮਿੱਤਰ ਪੁੱਜੇ ਹਨ, ਆਪਾਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਕਿਉਂਕਿ ਕਬੱਡੀ ਦੀਆਂ ਗੱਲਾਂ ਚੱਲਣ ਗਈਆਂ। ਲਓ ਬਲਜੀਤ ਦੀ ਪਾਈ ਹੋਈ ਕਬੱਡੀ ਹੈ, ਅੱਜ ਪਤਾ ਨਹੀਂ ਉਮਰੀਆਣੇ ਵਾਲਿਆਂ ਨੇ ਪਤਾ ਨਹੀਂ ਕਿੰਨਾ ਕੁ ਕਰਾਇਆ ਜਿਹੜਾ ਵੰਡਿਆ ਹੋਣਾ, ਲੱਖਾਂ ਰੁਪਈਆ ਦੇ ਕੇ ਟੀਮਾਂ ਸੱਬੀਆਂ ਹੋਣਗੀਆਂ ਕਿਉਂਕਿ ਜਿਹਦੇ ਵੱਡੇ ਮੇਲੇ ਹਨ ਉੱਥੋਂ ਪਤਾ ਲੱਗਦਾ ਵੀ ਟੀਮਾਂ ਕਿੰਨਾ ਕਿਰਾਇਆ ਮੰਗਦੀਆਂ, ਕਿੰਨਾ ਪਾਰਟੀਸਪੇਟ ਮੰਗਦੀਆਂ ਤੇ ਅੱਜ ਰੱਬ ਜਾਣਦਾ ਵੀ ਕਿੰਨਾ ਕੁ ਕਿਰਾਇਆ ਦੇ ਕੇ ਕਿੰਨਾ ਕੁ ਪਾਰਟੀਸਪੇਟ ਦੇ ਕੇ ਏਡੀਆਂ ਤਕੜੀਆਂ ਟੀਮਾਂ ਇਹਨਾਂ ਨੇ ਸੱਦੀਆਂ ਹੈ ਤੇ ਇਹ ਜਾਂ ਇਹ ਜਾਣਦੇ ਹੈ ਤੇ ਜਾਂ ਰੱਬ ਜਾਣਦਾ। ਪਰਮਾਤਮਾ ਤਰੱਕੀਆਂ ਦੇਵੇ। ਜੀਰੇ ਦੇ ਪੁਆਇੰਟ ਆ 7 ਤੇ ਚੀਮਾ ਜੋਧਪੁਰ ਦੇ ਪੁਆਇੰਟ ਆ 10.5।
ਨਵੀਂ ਅਮਰੀਕ ਬਾਕੇ ਤੂੰ ਗੱਲ ਕੀਤੀ ਪਰ ਯਾਰੀਆਂ ਨਿਭਾਉਣ ਲਈ ਸਾਰੇ ਪੁੱਜੇ ਫੌਜੀ ਨੂੰ ਪੁੱਛਿਆ ਕਹਿੰਦਾ ਯਾਰ ਬੂਟੇ ਨਾਲ ਯਾਰੀ ਹੈ ਕਿਉਂਕਿ ਮਾਇਆ ਤਾਂ ਕਹਿੰਦਾ ਨਾਲ ਚੱਲੀ ਫਿਰਦੀ ਸਾਰੀ ਜ਼ਿੰਦਗੀ ਮਾਇਆ ਕਮਾਉਣੀ ਹੈ ਪਰ ਗੱਲ ਕਹਿੰਦਾ ਸਿਰੇ ਤੇ ਲਾਉਣੀ ਹੈ ਉੱਧਰ ਬਲਦੇਵ ਚੰਦ ਪੁਰਾਣੇ ਵਾਲਾ ਕਹਿੰਦਾ ਮੇਰੇ ਲਈ ਵੀ ਮਾਨ ਸਨਮਾਨ ਜ਼ਰੂਰ ਕਰਨਾ ਹੈ ਇਹ ਵੀ ਹੈਂਡੀਕੈਪਟ ਹੈ ਹਰ ਇੱਕ ਇੱਥੇ ਜਿਹੜਾ ਪੁੱਜਿਆ ਆਸ ਲੈ ਕੇ ਪੁੱਜਿਆ ਤੇ ਸਭ ਦਾ ਮਾਨ ਸਨਮਾਨ ਕੀਤਾ ਜਾਣਾ ਹੈ ਇਹ ਧਰਤੀ ਕਰਮਾਂ ਵਾਲੀ ਹੈ ਇਹ ਧਰਤੀ ਭਾਗਾਂ ਵਾਲੀ ਹੈ ਜਿੱਥੇ ਮਾਨ ਸਨਮਾਨ ਸਭ ਦੇ ਕੀਤੇ ਜਾ ਰਹੇ ਨੇ ਹੁਣ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਇੱਕ ਪਾਸੇ ਖੋਸਾ ਕੋਟਲਾ ਹੈ ਤੇ ਦੂਸਰੇ ਪਾਸੇ ਪੰਜ ਗ੍ਰਾਂ ਸਰਦਾਰ ਜਲੰਧਰ ਸਿੰਘ ਜੀ ਸਿੱਧੂ ਸਾਹਿਬ ਉਹਨਾਂ ਦਾ ਪਿੰਡ ਹੈ ਪੰਜ ਗ੍ਰਾਂ ਇੰਦਰ ਉਹਨਾਂ ਦਾ ਪਿੰਡ ਹੈ ਮੈਚ ਸ਼ੁਰੂ ਹੋਣ ਜਾ ਰਿਹਾ ਦੋ ਟੀਮਾਂ ਦੇ ਦਰਮਿਆਨ ਵੀ ਬਲਦੇਵ ਸਿੰਘ ਚੱਕਰ ਲਾ ਤੇਰਾ ਲੋਕ ਮਾਨ ਸਨਮਾਨ ਜ਼ਰੂਰ ਕਰਨਗੇ ਉੱਧਰ ਸੁਰਜੀਤ ਸਾਡਾ ਵੀਰ ਪੁੱਜਿਆ ਬਰਨਾਲਾ ਕਹਿੰਦਾ ਵੀ ਆਪਾਂ ਵੀ ਸਿਰਾ ਕਰਾਉਣਾ ਆਪਾਂ ਉਸ ਵੀਰ ਦਾ ਵੀ ਧੰਨਵਾਦ ਕਰਾਂਗੇ ਗੁਰਚਰਨ ਨੇ ਜਲੰਧਰ ਸਿੰਘ ਸਿੱਧੂ ਦੀ ਗੱਲ ਕੀਤੀ ਅੱਜ ਸਵੇਰ ਜਲੰਧਰ ਸਿੰਘ ਸਿੱਧੂ ਦਾ ਫੋਨ ਆਇਆ ਕਹਿੰਦਾ ਅਮਰੀਕ ਬੂਟੇ ਨੂੰ ਜਾ ਕੇ ਲਾਂਭਾ ਦੇ ਦੀ ਮੈਂ ਕਿਹਾ ਬਾਈ ਕੀ ਗੱਲ ਆ ਕਹਿੰਦਾ ਬੂਟੇ ਨੇ ਆਪਾਂ ਨੂੰ ਕੋਈ ਸਵਾਲ ਨਹੀਂ ਪਾਇਆ ਨਾ ਕੋਈ ਪੈਸਾ ਮੰਗਿਆ ਨਾ ਕੋਈ ਹੋਰ ਸਹਾਇਤਾ ਮੰਗੀ ਹੈ ਲੈ ਵੀ ਬੂਟਿਆ ਸ਼ਿਕਵਾ ਤੇਰੇ ਲਈ ਹੈ ਜਲੰਧਰ ਸਿੰਘ ਸਿੱਧੂ ਨੇ ਆਪ ਦੇਖਿਆ ਵੀ ਬੂਟੇ ਸਿਰ ਸਾਡਾ ਉਲਾਂਭਾ ਹੈ ਬੇਸ਼ੱਕ ਅਸੀਂ ਕੈਨੇਡਾ ਬੈਠੇ ਹਾਂ ਪਰ ਉਹ ਯਾਰ ਲਈ ਜਾਨ ਹਾਜ਼ਰ ਸੀ ਪਰ ਬੂਟੇ ਨੇ ਕੋਈ ਸਾਥੋਂ ਮਦਦ ਨਹੀਂ ਲਈ ਸਾਨੂੰ ਗੁੱਸਾ ਰਹੂਗਾ ਮੁੰਡੇ ਦੇ ਨਾਲ ਬਾਅਦ ਦੇ ਵਿੱਚ ਸਮਝੌਤਾ ਤੁਸੀਂ ਆਪ ਕਰ ਲਿਓ ਫੋਨ ਕਰ ਲਈ ਉਹਨਾਂ ਨੂੰ ਕਿਉਂਕਿ ਤੜਕੇ ਬਾਈ ਦਾ ਫੋਨ ਆਇਆ ਸੀ ਮੇਜਰ ਭਲੂਰ ਨੇ ਵੀ ਇਹੀ ਗੱਲ ਕਹੀ ਹੈ ਵੀ ਬੂਟਾ ਪਤਾ ਨਹੀਂ ਕਿਉਂ ਸਾਥੋਂ ਦੂਰ ਹੋ ਗਿਆ ਬਾਕੀ ਕਹਿੰਦੇ ਯਾਰਾਂ ਦੀਆਂ ਯਾਰੀਆਂ ਪਗਾਉਣ ਦੇ ਲਈ ਯਾਰ ਪੁੱਜਿਆ ਕਿਉਂਕਿ ਗੁਰਮੇਲ ਸਿੰਘ ਸਰਪੰਚ ਕਹਿੰਦੇ ਵਧੀਆ ਇਨਸਾਨ ਨੇ ਨਗਰ ਨੂੰ ਮਿਲਿਆ ਵੀ ਇੱਕ ਮਾਣ ਵਾਲੀ ਗੱਲ ਹੈ ਪੂਰੀ ਗ੍ਰਾਮ ਪੰਚਾਇਤ ਪੂਰਾ ਨਗਰ ਜਿਹੜੀ ਪੂਰੀ ਪ੍ਰਬੰਧਕ ਕਮੇਟੀ ਹੈ ਜਿਨ੍ਹਾਂ ਨੇ ਪ੍ਰਬੰਧ ਕੀਤੇ ਨਾ ਮਿਹਨਤ ਕੀਤੀ ਤੇ ਸਿਰੇ ਦੀ ਮਿਹਨਤ ਕੀਤੀ ਹੈ ਆਹ ਮੁੰਡੇ ਨੇ ਕਹਿੰਦੇ ਇੱਕ ਟਰੈਕਟਰ ਮਾਲਿਓ ਜਿੱਤਿਆ ਤੇ ਇੱਕ ਟਰੈਕਟਰ ਕਹਿੰਦੇ ਗਹਿਲਾ ਦੇ ਕਬੱਡੀ ਕੱਪ ਤੋਂ ਧੋਨੀ ਨਾਲ ਜੁਆਇੰਟ ਬਣ ਕੇ ਜਿੱਤਿਆ ਇਹ ਹੈ ਨੌਜਵਾਨ ਜੰਬੋ ਕਬੱਡੀ ਦਾ ਲਓ ਪੰਜ ਗਰਾਂ ਹੀ ਪਿੰਡ ਹੈ ਲਓ ਗੋਲੂ ਵੀ ਕਹਿੰਦੇ ਦੁਨੀਆ ਜੰਬੋ ਵੀ ਕਹਿੰਦੀ ਹੈ ਤੇ ਦੂਜੇ ਪਾਸੇ ਕਹਿੰਦੇ ਨੌਜਵਾਨ ਗੋਲੂ ਗ੍ਰਿਪ ਗੱਜਣ ਵਾਲੇ ਪਿੰਡ ਦਾ ਇਹ ਵੀ ਨੌਜਵਾਨ ਕਹਿੰਦੇ ਇੱਕ ਸਕੂਲ ਦੇ ਵਿੱਚ ਨੌਜਵਾਨ ਟੀਚਰ ਲੱਗਾ ਹੋਇਆ ਇਹ ਵੀ ਇੱਕ ਮਾਣ ਵਾਲੀ ਗੱਲ ਹੈ ਚੱਲ ਵੀ ਬੂਟਿਆ ਪਾ ਵੀ ਕਬੱਡੀ ਲਓ ਸਭ ਨੇ ਸਰਦਾਰ ਸੁਖਮੰਦਰ ਸਿੰਘ ਦਾ ਬੇਟਾ ਹੈ ਬਾਬੇ ਮੱਘਰ ਸਿੰਘ ਦਾ ਪੋਤਰਾ ਤੇ ਸਰਦਾਰ ਜੁਗਿੰਦਰ ਸਿੰਘ ਦਾ ਪੜ ਪੋਤਰਾ ਇਸ ਵੇਲੇ ਕਬੱਡੀ ਪਾ ਰਿਹਾ ਲਓ ਬੂਟੇ ਦੀ ਪਾਈ ਹੋਈ ਕਬੱਡੀ ਤੇ ਚਾਰ ਜਾਫੀ ਪੱਟਾਂ ਤੇ ਥਾਪੀਆਂ ਮਾਰਦੇ ਆ ਇੱਧਰ ਕਹਿੰਦੇ ਰੈਫਰੀ ਵੀ ਪੂਰੇ ਸਿਰੇ ਤੇ ਉਹਨਾਂ ਦਾ ਵੀ ਦਿਲੋਂ ਧੰਨਵਾਦ ਹੈ ਲਓ ਜੰਗੀਆਂ ਦੇ ਕਹਿੰਦੇ ਗਿੱਲ ਪਰਿਵਾਰ ਦਾ ਮੁੰਡਾ ਹੈ ਜਿਹੜੇ ਪਿੰਡ ਦਾ ਭੁਪਿੰਦਰ ਗਿੱਲ ਕਹਿੰਦਾ ਹੁੰਦਾ ਕਿ ਲੜ ਗਿਆ ਸੀ ਤੇਰੇ ਠੂਹਾ ਚੜ ਕੇ ਆ ਗਿਆ ਲਾਰੀ ਵੇ ਇਹ ਜੇਲੇ ਨਾਲੋਂ ਮੁੰਦਰੀ ਮੈਨੂੰ ਹੌਲੀ ਪਾਈ ਨਹੀਂ ਇਹ ਭੁਪਿੰਦਰ ਗਿੱਲ ਦੇ ਪਿੰਡ ਦਾ ਨੌਜਵਾਨ ਗੁਰਪ੍ਰੀਤ ਸਿੰਘ ਹੈ ਨਾਲ ਹਰਮਨ ਪੰਜ ਗਰਾਈਆਂ ਵਾਲਾ ਡੱਗੋਰ ਬਾਣੇ ਵਾਲਾ ਸੇਵਕ ਤੇ ਮੱਲਣ ਦਾ ਬਾਜਾ ਕਹਿੰਦੇ ਪੱਕੇ ਤੌਰ ਤੇ ਆਪਣੇ ਸਹੁਰੇ ਪਿੰਡ ਪੰਜ ਗਰਾਈ ਰਹਿਣ ਲੱਗ ਪਿਆ ਆਪਾਂ ਬਾਜੇ ਦਾ ਵੀ ਧੰਨਵਾਦ ਕਰਦੇ ਹਾਂ ਲਓ ਦੇਖੋ ਸਾਹਮਣੇ ਕਬੱਡੀ ਖੇਡ ਮੈਦਾਨ ਦੇ ਵਿੱਚ ਹੈ ਚਾਰ ਜਾਫੀ ਖੜੇ ਆ ਮੈਂ ਵੀ ਗੱਜਣ ਵਾਲੀ ਆ ਕਬੱਡੀ ਜੋਤੀ ਆ ਇਹ ਨੌਜਵਾਨ ਵੀ ਕਹਿੰਦੇ ਕਿਤੇ ਕਵਿੱਕਰ ਦੀ ਟੀਮ ਵੱਲੋਂ ਤੇ ਕਿਤੇ ਕਹਿੰਦੇ ਪਿੱਥੋ ਵਾਲਾ ਸ਼ੀਰੇਣਾ ਰੁੜਕੀ ਦੇ ਸੋਹਣ ਹੋਣਾ ਦੀ ਟੀਮ ਵੱਲੋਂ ਧਾਵੇ ਬੋਲਦਾ ਇਹ ਆ ਜੋਤ ਭਿੰਡਰ ਕਲਾ ਪਿੰਡ ਦਾ ਉਸੇ ਪਿੰਡ ਦਾ ਆ ਬਰਿੰਦਰ ਹੈ ਜਿਹਨੇ ਹੁਣ ਕਬੱਡੀ ਪਾਈ ਹੈ ਇਹ ਨੌਜਵਾਨ ਦਾ ਵੀ ਕਹਿੰਦੇ ਭਿੰਡਰ ਕਲਾ ਪਿੰਡ ਹੈ 1997 ਦਾ ਸਮਾਂ ਯਾਦ ਹੋਣਾ ਲੋਕਾਂ ਨੂੰ ਜਦੋਂ ਪਹਿਲੀ ਵਾਰੀ ਮੈਟਰੋ ਪੰਜਾਬੀ ਨੇ ਕੈਨੇਡਾ ਦੇ ਵਿੱਚ ਵਰਲਡ ਕੱਪ ਕਰਵਾਇਆ ਨਾ ਭਿੰਡਰਾਂ ਦਾ ਅੰਗਰੇਜ਼ ਬਿੱਲਾ ਬੈਫਟ ਰੇਡਰ ਤੇ ਸਿੱਧਵਾਂ ਦਾ ਨੇਕੀ ਬੈਫਟ ਜਾਫੀ ਆਏ ਸਨ ਫਿਰ ਗੱਲਾਂ ਚੱਲੀਆਂ ਕਹਿੰਦੇ ਬਿੱਲੇ ਵਰਗਿਆਂ ਦੀਆਂ ਕਾਂਤੇ ਵਰਗੇ ਨੌਜਵਾਨ ਖੇਡੇ ਵਿਦੇਸ਼ਾਂ ਦੇ ਵਿੱਚ ਚੱਲ ਵੀ ਕੀ ਪਿਆ ਪਾ ਵੀ ਕਬੱਡੀ ਤੇ ਗੁਰਚਰਨ ਕਰਖਾ ਗੱਲ ਕੀ ਮੁੰਡੇ ਦੀ ਲਓ ਉਧਰ ਸਾਹਮਣੇ ਦੇਖੋ ਕੀ ਪਾ ਭਲੂਰ ਪਿੰਡ ਵਾਲਾ ਲਓ ਅਗਲੀ ਉਡਾਨ ਭਰਦਾ ਕਬੱਡੀ ਦੇ ਮੈਦਾਨ ਦੇ ਵਿੱਚ ਆਪਾਂ ਸਾਹਮਣੇ ਦੇਖਾਂਗੇ ਉਹ ਚਾਰ ਜਾਫੀਆਂ ਦੇ ਵਿੱਚੋਂ ਖੋਸਾ ਕੋਟਲਾ ਪਿੰਡ ਬਾਬਾ ਫਤਿਹ ਸਿੰਘ ਦੀ ਧਰਤੀ ਹੈ ਲਓ ਸਾਹਮਣੇ ਦੇਖੋ ਇੱਕ ਪਾਸੇ ਗੁਰਦਰਸ਼ਨ ਸਿੰਘ ਗੋਲੂ ਗ੍ਰਿਪ ਗੱਜਣ ਵਾਲਾ ਪਿੰਡ ਹੈ ਲਓ ਰਿੰਪੀ ਬਰਾੜ ਉਹਨਾਂ ਦਾ ਪਿੰਡ ਹੈ ਔਰ ਦੂਸਰੇ ਪਾਸੇ ਦੇਖੋ ਨੌਜਵਾਨ ਉਹ ਸਾਹਮਣੇ ਕੀਪੇ ਦੇ ਉੱਤੇ